पंकज बंदन पग पंकज बंदन सिमरो अंगद दोख निकंदन अमरदास गोर हृदय त्यामो हृदय त्यामो श्री गुरु रामदास गुण गामो श्री अर्जन विघ्नन के नाशक विघ्नन के नाशक श्री हर गोबिंद शुभ सुमत प्रकाशक श्री हर राय नमो कार जोरी नमो कार जोरी गुरु हर कृष्ण मनाए बहोरी गुरु तेग बहादुर परम केर पाला केर पाला श्री गुरु गोबिंद सिंह बेसाला गुरु तेग बहादुर परम केर पाला परम केर पाला श्री गुरु गोबिंद सिंह बेसाला तरों तरा पर पुन पुन सीसा पुन सीसा बंद हो बार बार जगदीशा तरों तरा पर पुन पुन सीसा पुन पुन सीसा बंद हो बार बार जगदीशा जिसमें है अमृत ज्ञान है माणक भगत बैराग श्री गुरु ग्रंथ साहिब उदद बंदों कर अनुराग श्री गुर शब्द कमाए जिन जीते पंच बिकार तिन संतन को बंदना सिर चरणन पर धार एकंकारा सतगुरु तेह प्रसाद सच हो वाहे गुरु जी की फतेह विघ्न नाशन तन तन सच्चे पातशाह गरीब नवाज दीन दुनिया दे मालक चवर शतर तखत दे मालक समर्थ गुरु प्रतख गुरु दीन दयाल कृपाल पूरन पार ब्रह्म परमेश्वर
ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਲੋਕ ਪਰਲੋਕ ਵਿੱਚ ਰਾਖੀ ਕਰਨ ਵਾਲੇ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਸਤਿਗੁਰੂ ਗਰੀਬ ਨਿਵਾਜ ਧੰਨ ਧੰਨ ਅੰਤਰ ਜਾਮੀ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜੇ ਹੀ ਪਿਆਰ ਨਾਲ ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਉਚਾਰਨ ਕਰੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਦਇਆ ਰਹਿਮਤ ਬਖਸ਼ਿਸ਼ ਕੀਤੀ ਹੈ ਹਜ਼ੂਰ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਾਜ਼ਰੀ ਵਿਖੇ ਸੱਜ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦਾ ਰਸ ਭਿੰਨਾ ਕੀਰਤਨ ਭਾਈ ਸਾਹਿਬ ਜੀ ਦੇ ਕੋਲੋਂ ਆਪ ਜੀ ਨੇ ਸਰਵਣ ਕੀਤਾ ਜੀ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫੁਰਮਾ ਰਹੇ ਨੇ ਸਤਿਗੁਰ ਮੇਰਾ ਸਦਾ ਦਿਆਲਾ ਮੋਹੇ ਦੀਨ ਕਉ ਰਾਖ ਲੀਆ ਕਾਟਿਆ ਰੋਗ ਮਹਾਂ ਸੁਖ ਪਾਇਆ ਹਰ ਅੰਮ੍ਰਿਤ ਮੁਖ ਨਾਮ ਦੀਆ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਕਹਿ ਰਹੇ ਭਾਈ ਮੇਰੇ ਗੁਰੂ ਜੀ ਬੜੇ ਦਿਆਲੂ ਨੇ ਅਤੇ ਸਾਧ ਸੰਗਤ ਜਿਹਦੇ 'ਤੇ ਦਇਆ ਕਰਦੇ ਨੇ ਉਹ ਫਿਰ ਵਾਰ ਵਾਰ ਕਹਿੰਦਾ ਅਤੇ ਕਹਿਣ ਤੋਂ ਗੁਰੇਜ਼ ਵੀ ਨਹੀਂ ਕਰਦਾ ਵੀ ਗੁਰੂ ਸਾਹਿਬ ਨੇ ਸਾਡੇ 'ਤੇ ਬੜੀ ਦਇਆ ਕੀਤੀ ਤਰਸ ਕੀਤਾ ਜੀ ਮੰਨ ਲਓ ਵੀ ਇਹ ਬਚਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦੇ ਬਾਬਤ ਕਹਿ ਰਹੇ ਹੋਣ ਵੀ ਮੇਰੇ ਗੁਰੂ ਰਾਮਦਾਸ ਜੀ ਬੜੇ ਦਿਆਲੂ ਨੇ ਜਿਨ੍ਹਾਂ ਨੇ ਕਿਰਪਾ ਕਰਕੇ ਮੈਨੂੰ ਰੱਖ ਲਿਆ ਅਤੇ ਇਕੱਲਾ ਰੱਖ ਹੀ ਨਹੀਂ ਲਿਆ ਸਭ ਪ੍ਰਕਾਰ ਦੇ ਰੋਗ ਕੱਟ ਕੇ ਅਤੇ ਵਾਹਿਗੁਰੂ ਜੀ ਦੇ ਨਾਮ ਦਾ ਅੰਮ੍ਰਿਤ ਜੋ ਹੈ ਉਹ ਮੇਰੇ ਮੁੱਖ ਵਿੱਚ ਪਾਇਆ ਜੀ ਗੁਰੂ ਸਾਹਿਬ ਬੜੇ ਵੱਡੇ ਨੇ ਜੀ ਮਹਾਰਾਜ ਸਾਹਿਬ ਜੀ ਦੀ ਗੱਲ ਕਰਨ ਲੱਗਿਆਂ ਵੀ 100 ਵਾਰ ਸੋਚਣਾ ਪੈਂਦਾ ਪਰ ਸਿੱਧੇ ਜੇ ਅਰਥ ਦਾਸ ਬੇਨਤੀ ਕਰੇ ਗੁਰਮੁਖੋ ਜਿਹਦੇ ਮੁੱਖ ਵਿੱਚ ਸੱਚੇ ਪਾਤਸ਼ਾਹ ਨਾਮ ਦਾ ਅੰਮ੍ਰਿਤ ਪਾ ਦੇਣ ਨਾਮ ਦਾ ਦਾਰੂ ਪਾ ਦੇਣ ਉਹਦੇ ਦੁੱਖ ਆਪੇ ਕੱਟੇ ਜਾਂਦੇ ਜੀ ਸਾਰੇ ਜੀ ਕਾਟਿਆ ਰੋਗ ਮਹਾਂ ਸੁੱਖ ਪਾਇਆ ਹਰ ਅੰਮ੍ਰਿਤ ਮੁੱਖ ਨਾਮ ਦੀਆ ਜਿਹਦੇ ਮੁੱਖ ਵਿੱਚ ਵਾਹਿਗੁਰੂ ਜੀ ਦਾ ਨਾਮ ਦੇ ਦਿੱਤਾ ਪਾ ਦਿੱਤਾ ਉਹਦੇ ਫਿਰ ਦੁੱਖ ਰੋਗ ਸਾਰੇ ਗੁਰੂ ਜੀ ਕਿਰਪਾ ਕਰਕੇ ਦੂਰ ਕਰ ਦਿੰਦੇ ਜੀ ਮੈਂ ਦਾਸ ਨੇ ਇੱਕ ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀ ਦੁੱਖ ਤਕਲੀਫ ਦੇ ਵਿੱਚ ਨਾਮ ਜਪਣਾ ਹੈ ਤੇ ਬੜਾ ਔਖਾ ਜੀ ਪਰ ਜੇ ਦੁੱਖ ਤਕਲੀਫ ਦੇ ਵਿੱਚ ਨਾਮ ਜਪਿਆ ਜਾਵੇ ਨਾ ਵਾਹਿਗੁਰੂ ਵਾਹਿਗੁਰੂ ਜਪਿਆ ਜਾਵੇ ਤੇ ਸਾਧ ਸੰਗਤ ਜੀ ਜਿਹੜਾ ਨਾਮ ਹੈ ਉਹ ਦੁੱਖ ਕੱਟ ਦਿੰਦਾ ਬੰਦੇ ਦਾ ਜੀ ਮਹਾਰਾਜ ਸਾਹਿਬ ਨੇ ਬਾਬਾ ਭੀ ਖੰਜੀ ਦੀ ਬਾਣੀ ਲਿਖੀ ਨੈਨਹੁ ਨੀਰ ਬਹਿ ਤਨਖੀਨਾ ਭਏ ਕੇਸ ਦੁੱਧ ਵਾਨੀ ਰੂਦਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੇ ਪਰਾਨੀ ਮੇਰੇ ਰਾਮ ਰਾਏ ਹੋਹੇ ਬੈਦ ਬਨਵਾਰੀ ਆਪਣੇ ਸੰਤਹਿ ਲਿਹੋ ਉਬਾਰੀ ਇਹਦੇ ਵਿੱਚ ਹੀ ਆਖਿਆ ਵੀ ਜਦੋਂ ਨਾਮ ਦਿੱਤਾ ਨਾ ਨਾਮ ਤੇ ਨਾਮ ਨੇ ਸਾਰੇ ਦੁੱਖ ਕੱਟ ਦਿੱਤੇ ਜੀ ਵਾਹਿਗੁਰੂ ਜੀ ਦੇ ਨਾਮ ਵਿੱਚ ਬਹੁਤ ਵੱਡੀ ਤਾਕਤ ਹੈ ਗੱਜ ਕੇ ਆਖੋ ਵਾਹਿਗੁਰੂ ਛੋਟੀ ਨਹੀਂ ਸਾਧ ਸੰਗਤ ਬਹੁਤ ਵੱਡੀ ਤਾਕਤ ਹੈ ਇੰਨੀ ਵੱਡੀ ਤਾਕਤ ਹੈ ਤਨ ਦੇ ਛੋਟੇ ਮੋਟੇ ਰੋਗ ਤੇ ਇੱਕ ਵਾਰੀ ਵਾਹਿਗੁਰੂ ਬੋਲ ਕੇ ਦੂਰ ਹੋ ਜਾਂਦੇ ਜੀ ਸਾਨੂੰ ਬਹੁਤ ਵਾਰ ਸਮਾਂ ਲੰਘਣ ਤੋਂ ਬਾਅਦ ਪਤਾ ਲੱਗਦਾ ਜਦੋਂ ਸਾਰਾ ਕੁਝ ਹੋ ਜਾਂਦਾ ਫਿਰ ਪਤਾ ਲੱਗਦਾ ਜੀ ਖੈਰ ਰਹੋ ਵਿਚਾਰ ਭਾਈ ਸਾਹਿਬ ਆਪ ਜੀ ਨੂੰ ਸ਼ਬਦ ਸਰਵਣ ਕਰਾ ਰਹੇ ਸਨ ਸਤਿਗੁਰ ਮੇਰਾ ਸਦਾ ਦਿਆਲਾ ਮੋਹੇ ਦੀਨ ਕਉ ਰਾਖ ਲੀਆ ਇੰਨਾ ਵੱਡਾ ਅੰਮ੍ਰਿਤ ਨਾਮ ਮੁੱਖ ਵਿੱਚ ਦੇ ਦਿੱਤਾ ਇਹਦੇ ਤੋਂ ਵੱਡੀ ਦਿਆਲਤਾ ਕੀ ਹੋਏਗੀ ਜੀ ਇਹਦੇ ਤੋਂ ਵੱਡੀ ਬਖਸ਼ਿਸ਼ ਕੀ ਹੋਏਗੀ ਜੀ ਸੋ ਆਪ ਜੀ ਬੜੇ ਪਿਆਰ ਨਾਲ ਮਹਾਰਾਜ ਜੀ ਦੀ ਬਾਣੀ ਦਾ ਕੀਰਤਨ ਸੁਣ ਰਹੇ ਸੀਗੇ ਸਭ ਸਿੱਖ ਸੰਗਤ ਜੋੜੋ ਦੋਵੇਂ ਹੱਥ ਤੇ ਪ੍ਰੇਮ ਨਾਲ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ ਮਹਾਰਾਜ ਪਾਉਂਟਾ ਸਾਹਿਬ ਸੱਜੇ ਨੇ
ਤੇ ਪੌਂਟਾ ਸਾਹਿਬ ਸੱਚੇ ਪਾਤਸ਼ਾਹ ਸਿੱਖ ਸੰਗਤਾਂ ਦਾ ਭਲਾ ਕਰ ਰਹੇ ਨੇ। ਦੂਜੇ ਬੰਨੇ ਸਾਧ ਸੰਗਤ ਜੀ ਤੁਸੀਂ ਸੁਣਿਆ ਰਾਜਾ ਫਤਿਹ ਸ਼ਾਹ ਦੇ ਘਰ ਵਿੱਚ ਭੀਮ ਚੰਦ ਜਿੱਥੇ ਉਹਦਾ ਪੁੱਤਰ ਪਹਿਲਾਂ ਪਹੁੰਚ ਚੁੱਕਾ ਸੀ ਭੀਮ ਚੰਦ ਆਪ ਵੀ ਪਹੁੰਚਿਆ ਜੀ। ਜਦੋਂ ਭੀਮ ਚੰਦ ਆਪ ਪਹੁੰਚਿਆ ਸਾਰਾ ਕੁਝ ਹੋਇਆ। ਜਦੋਂ ਸ਼ਗਨ ਦੀ ਗੱਲ ਆਈ ਗੁਰੂ ਸਾਹਿਬ ਜੀ ਵੱਲੋਂ ਭੇਜਿਆ ਹੋਇਆ ਸ਼ਗਨ ਸੁਣ ਕੇ ਸਾਰੇ ਦੁਖੀ ਹੋ ਗਏ ਜੀ। ਤੇ ਫਤਿਹ ਸ਼ਾਹ ਵਾਹਿਗੁਰੂ ਭੀਮ ਚੰਦ ਨੇ ਆਪਣੇ ਨਾਲ ਦੇ ਬੰਦਿਆਂ ਨਾਲ ਸਲਾਹ ਕੀਤੀ ਵੀ ਫਤਿਹ ਸ਼ਾਹ ਦੀ ਧੀ ਨੂੰ ਅਸੀਂ ਇੱਥੇ ਛੱਡ ਜਾਣਾ, ਕਿਉਂ ਇਹਨੇ ਗੁਰੂ ਸਾਹਿਬ ਨਾਲ ਪਿਆਰ ਰੱਖਿਆ ਜੀ। ਜੇ ਤੇ ਗੁਰੂ ਜੀ ਦੇ ਨਾਲ ਜੰਗ ਕਰਨ ਲਈ ਤਿਆਰ ਹੈ, ਅਸੀਂ ਇਹਦੇ ਨਾਲ ਆਪਣੀ ਬੱਚੀ ਦੇ ਸ਼ਾਦੀ ਵਾਹਿਗੁਰੂ ਆਪਣੇ ਪੁੱਤਰ ਦੀ ਇਹਦੀ ਧੀ ਨਾਲ ਸ਼ਾਦੀ ਮਨਜ਼ੂਰ ਕਰਾਂਗੇ, ਨਹੀਂ ਤੇ ਨਹੀਂ ਕਰਾਂਗੇ ਜੀ। ਤੇ ਦਾਸ ਨੇ ਕੱਲ ਵੀ ਬੇਨਤੀ ਕੀਤੀ ਸੀ ਲੜਕੀ ਵਾਲੇ ਹੋਣਾ ਬੜੀ ਵੱਡੀ ਜ਼ਿੰਮੇਵਾਰੀ ਹੈ ਜੀ, ਲੋਕਾਂ ਦਾ ਸੁਭਾਅ ਕੋਈ ਨਾ ਕੋਈ ਨੁਕਸ ਕੱਢਣਾ, ਇਹ ਤੇ ਵੈਸੇ ਨਹੀਂ ਲੋਕ ਜਾਨ ਛੱਡਦੇ ਜੀ। ਹਾਂਜੀ, ਤੇ ਸਾਧ ਸੰਗਤ ਇਹੋ ਜਿਹੀ ਗੱਲ ਹੋ ਜਾਏ ਵੀ ਵਿਆਹ ਵੀ ਹੋ ਜਾਏ ਤੇ ਡੋਲੀ ਖੜਨ ਹੀ ਨਾ ਉਹ, ਤੇ ਬਾਪ ਨੂੰ ਬੜਾ ਵੱਡਾ ਘਾਟਾ ਪੈਂਦਾ ਹੈ ਜੀ, ਉਹਦੀ ਇੱਜ਼ਤ ਦੇ ਵਿੱਚ ਬੜਾ ਘਾਟਾ ਜੀ। ਹੋਵੇ ਵੀ ਰਾਜਾ ਜੀ, ਹੁਣ ਫਤਿਹ ਸ਼ਾਹ ਦੇ ਬਾਰੇ ਭੀਮ ਚੰਦ ਨੇ ਜਸਵਾਲ ਰਾਜੇ ਗੋਪਾਲ ਗੁਲੇਰੀਏ ਇਹ ਸਾਰੇ ਰਾਜਿਆਂ ਦੇ ਨਾਲ ਸਲਾਹ ਕੀਤੀ ਵੀ ਗੁਰੂ ਸਾਹਿਬ ਨੇ ਸਾਨੂੰ ਤੇ ਰਾਹ ਨਹੀਂ ਦਿੱਤਾ ਤੇ ਇਹਦੇ ਨਾਲ ਪਿਆਰ ਕਰ ਰਹੇ ਨੇ, ਜੇ ਇਹ ਸਾਡੇ ਨਾਲ ਪਿਆਰ ਰੱਖਣਾ ਚਾਹੁੰਦਾ ਤੇ ਇਹਨੂੰ ਗੁਰੂ ਸਾਹਿਬ ਨਾਲ ਜੰਗ ਕਰਨੀ ਪਏਗੀ, ਇਹ ਗੱਲ ਕਹਿ ਦਿੱਤੀ ਜੀ। ਜਦੋਂ ਇਹ ਗੱਲ ਆਖੀ ਤੇ ਸਾਧ ਸੰਗਤ ਉੱਥੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਸਵਾਲ ਰਾਜਾ ਤੇ ਗੋਪਾਲ ਗੁਲੇਰੀਆ ਕਹਿੰਦਾ ਵੀ ਇੱਕ ਰਾਜਾ ਤੇ ਇੱਕ ਮੰਤਰੀ ਫਤਿਹ ਸ਼ਾਹ ਕੋ ਜਾਵੇ ਤੇ ਫਤਿਹ ਸ਼ਾਹ ਨੂੰ ਇਹ ਆਖੇ ਵੀ ਅਸੀਂ ਤਾਂ ਮੰਨਾਂਗੇ ਰਿਸ਼ਤਾ ਜੇ ਤੂੰ ਗੁਰੂ ਨਾਲ ਜੰਗ ਕਰੇਗਾ, ਨਹੀਂ ਤੇ ਅਸੀਂ ਧੀ ਛੱਡ ਕੇ ਇੱਥੇ ਚੱਲੇ ਹਾਂ ਜੀ। ਧੀਆਂ ਵਾਲੇ ਹੋਣਾ ਬੜੀ ਵੱਡੀ ਜ਼ਿੰਮੇਵਾਰੀ ਹੈ, ਬਹੁਤ ਵੱਡੀ ਜ਼ਿੰਮੇਵਾਰੀ ਹੈ, ਤੇ ਇਹ ਜ਼ਿੰਮੇਵਾਰੀ ਵਾਹਿਗੁਰੂ ਮਿਹਰ ਕਰੇ ਵਧੀਆ ਤਰੀਕੇ ਨਾਲ ਬੰਦਿਆਂ ਦੀ ਨਿਭ ਜਾਏ ਜੀ। ਜਿੰਨਾ ਚਿਰ ਤੱਕ ਧੀ ਸਹੁਰੇ ਘਰ ਵਿੱਚ ਜਾ ਕੇ ਸੁਖੀ ਨਹੀਂ ਵੱਸ ਲੈਂਦੀ, ਤਕਰੀਬਨ ਤੁਸੀਂ ਵੇਖੋ ਮਾਪਿਆਂ ਨੂੰ ਸਹਿਮ ਬਣਿਆ ਰਹਿੰਦਾ ਹੈ ਜੀ, ਪਤਾ ਨਹੀਂ ਕੀ ਬਣੇਗਾ। ਤੇ ਜੇ ਸੁੱਖ ਬਣਿਆ ਰਹੇ ਤੇ ਮਾਪੇ ਆਪਣੇ ਘਰ ਵਿੱਚ ਬੈਠੇ ਵੀ ਸੁਖੀ ਰਹਿੰਦੇ, ਨਹੀਂ ਤੇ ਧੀ ਉੱਥੇ ਦੁਖੀ ਰਹਿੰਦੀ ਤੇ ਮਾਪੇ ਆਪਣੇ ਘਰ ਵਿੱਚ ਦੁਖੀ ਰਹਿੰਦੇ ਨੇ ਜੀ, ਮਨ ਵਿੱਚ ਚਿੰਤਾ ਜੀ ਲੱਗੀ ਰਹਿੰਦੀ ਹੈ ਜੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਬਾਰੇ ਹੁਣ ਇਹ ਕਹਿ ਰਹੇ ਨੇ ਉਹ, ਹੁਣ ਇੱਥੋਂ ਕਥਾ ਆਰੰਭ ਹੋ ਰਹੀ ਹੈ। ਬੜੇ ਪਿਆਰ ਦੇ ਨਾਲ ਸਤ ਸੰਗਤ ਜੀ ਆਪ ਦੀ ਸਰਵਣ ਕਰੋ ਤੇ ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਵਾਹਿਗੁਰੂ ਸਾਹਿਬ ਜੀ, ਦਾਇਜ ਜਹਾਂ ਸੁਧਾਰ ਸੁਧਾਰ, ਧਰਵਾਵ ਹੈ ਕਰ ਕਰ ਵਿਸਤਾਰ। ਫਤਿਹ ਸ਼ਾਹ ਸਾਧ ਸੰਗਤ ਜੀ ਦਾਜ ਜਿਹੜਾ ਸੀਗਾ ਸੁਧਾਰ ਸੁਧਾਰ ਕੇ ਰੱਖ ਰਿਹਾ ਸੀ, ਸਾਂਭ ਸਾਂਭ ਕੇ ਫਤਿਹ ਸ਼ਾਹ ਦਾਜ ਰਖਾ ਰਿਹਾ ਵੀ ਵਧੀਆ ਤਰੀਕੇ ਦੇ ਨਾਲ ਮੇਰੀ ਧੀ ਦੇ ਕੋਲ ਸਾਰਾ ਸਮਾਨ ਸਹੁਰੇ ਘਰ ਵਿੱਚ ਪਹੁੰਚੇ। ਹਾਂਜੀ, ਦੋਨੋਂ ਜਾਏ ਜੁਦਾ ਤਿਸ ਕਰਿਓ, ਜਸਵਾਲ ਰਾਜਾ ਤੇ ਦੂਜਾ ਭੀਮ ਚੰਦ ਦਾ ਮੰਤਰੀ ਵਜ਼ੀਰ ਇਹ ਦੋਵੇਂ ਹੀ ਫਤਿਹ ਸ਼ਾਹ ਦੇ ਕੋਲ ਗਏ ਤੇ ਫਤਿਹ ਸ਼ਾਹ ਨੂੰ ਸਾਰਿਆਂ ਤੋਂ ਵੱਖਰਿਆਂ ਕੀਤਾ ਜੀ ਪਹਿਲਾਂ ਇਹਨਾਂ ਨੇ। ਹਾਂਜੀ, ਥਿਰੇ ਇਕਾਂਕੀ ਬਾਖ ਉਚਰਿਓ, ਤੇ ਸਾਧ ਸੰਗਤ ਜੀ ਕੱਲਿਆਂ ਕਰਕੇ ਤੇ ਹੁਣ ਦੋਵੇਂ ਉਹਦੇ ਮਨ ਤੇ ਪੱਥਰ ਹੀ ਸੁੱਟ ਦੇਣ ਲੱਗੇ ਜੀ ਚਿੰਤਾ ਦਾ ਜੀ।
ਦੋਵੇਂ ਉਹਨੂੰ ਇਹ ਗੱਲ ਕਹਿਣ ਲੱਗੇ, ਸੁਣਹੋ ਨਰਿੰਦ ਕਹਾਂ ਤੈ ਚੀਨਾ। ਕਹਿਣ ਲੱਗੇ ਰਾਜੇ ਇਹ ਤੁਸੀਂ ਕੀ ਕਰ ਰਹੇ ਹੋ, ਫਤਿਹ ਸ਼ਾਹ ਜੀ ਇਹ ਕੀ ਕਰ ਰਹੇ ਹੋ। ਤੇ ਫਤਿਹ ਸ਼ਾਹ ਬੜਾ ਹੈਰਾਨ ਹੋਇਆ ਵੀ ਮੈਂ ਤੇ ਵਧੀਆ ਹੀ ਕੰਮ ਸਾਰੇ ਕਰ ਰਿਹਾ। ਹਾਂਜੀ, ਗੁਰ ਕੇ ਸਾਥ ਮੇਲ ਇਮ ਕੀਨਾ। ਉਹ ਕਹਿੰਦੇ ਫਤਿਹ ਸ਼ਾਹ ਨੇ ਆਖਿਆ ਵੀ ਕੀ ਗੱਲ, ਮੇਰੇ ਕੋ ਕੀ ਗਲਤੀ ਹੋ ਗਈ ਆ। ਤੇ ਜਸਵਾਲ ਰਾਜਾ ਤੇ ਭੀਮ ਚੰਦ ਦਾ ਵਜ਼ੀਰ ਕਹਿਣ ਲੱਗੇ ਗਲਤੀ ਤੇਰੇ ਕੋ ਬੜੀ ਵੱਡੀ ਹੋ ਗਈ ਹੈ, ਜਿਹੜਾ ਤੂੰ ਗੁਰੂ ਜੀ ਦੇ ਨਾਲ ਮਿਲਾਪ ਰੱਖਿਆ ਹੋਇਆ। ਕਹਿਣ ਲੱਗੇ ਤੂੰ ਗੁਰੂ ਜੀ ਨਾਲ ਮਿਲਾਪ ਰੱਖਿਆ ਨਾ, ਇਹ ਤੇਰੀ ਬੜੀ ਵੱਡੀ ਗਲਤੀ ਹੈ, ਇਹੋ ਤੇ ਸਭ ਤੋਂ ਵਧੀਆ ਕੰਮ ਹੈ ਦੁਨੀਆਂ ਦਾ ਜੀ। ਹਾਂਜੀ, ਸਮਧੀ ਦੇਖਤ ਕ੍ਰੋਧ ਵਧਾਇਓ। ਜਦੋਂ ਤੁਹਾਡੇ ਸਮਧੀ ਨੇ ਇਹ ਗੱਲ ਵੇਖੀ ਭੀਮ ਚੰਦ ਨੇ, ਤੇ ਉਸ ਸਮੇਂ ਦਾ ਭੀਮ ਚੰਦ ਦੇ ਅੰਦਰ ਬੜਾ ਕ੍ਰੋਧ ਬਣਿਆ, ਬੜਾ ਗੁੱਸਾ ਬਣਿਆ ਹੋਇਆ। ਹਾਂਜੀ, ਕਹਿ ਤੰਬੋਲ ਕਹਾਂ ਅਨਵਾਇਓ। ਤੇ ਤੁਸੀਂ ਤੰਬੋਲ ਉਹਨਾਂ ਦਾ ਪ੍ਰਵਾਨ ਕਰ ਲਿਆ, ਤੇ ਇੰਨੇ ਦਾਜ ਵਾਹਿਗੁਰੂ ਇੰਨਾ ਸਗਨ ਉਹਨੇ ਭੇਜਿਆ ਉਹ ਵੀ ਤੁਸੀਂ ਪ੍ਰਵਾਨ ਕਰ ਲਿਆ। ਹਾਂਜੀ, ਅਧਿਕ ਸ਼ਤੁਰਤਾ ਤਿਨਕੇ ਸੰਗ। ਤੇ ਇੱਕ ਗੱਲ ਚੇਤਾ ਰੱਖੋ, ਤੁਹਾਡਾ ਹੋਏਗਾ ਪਿਆਰ ਗੁਰੂ ਜੀ ਦੇ ਨਾਲ, ਪਰ ਭੀਮ ਚੰਦ ਦਾ ਵੈਰ ਹੈ ਗੁਰੂ ਜੀ ਦੇ ਨਾਲ। ਕਹਿਣ ਲੱਗੇ ਤੇ ਆਪਾਂ ਦੋਵੇਂ ਕੁੜਮ, ਉਹ ਤੁਸੀਂ ਤੇ ਭੀਮ ਚੰਦ ਹੁਣ ਕੁੜਮ ਬਣ ਚੁੱਕੇ ਨੇ, ਤੇ ਕੁੜਮਾਂ ਦੀ ਵਿਚਾਰ ਤੇ ਇੱਕ ਹੋਣੀ ਚਾਹੀਦੀ ਹੈ ਨਾ ਜੀ, ਕੁੜਮਤਾਈ ਤੇ ਤਾਂ ਹੀ ਨਿਭੇਗੀ। ਹਾਂਜੀ, ਸੰਧਿਆ ਪ੍ਰਾਂਤ ਕਰੇ ਹੋ ਚਹਿ ਜੰਗ। ਹੁਣ ਵੇਖ ਲਓ ਤੁਸੀਂ ਭੀਮ ਚੰਦ ਰਾਜੇ ਨਾਲ ਜੰਗ ਕਰਨੀ ਚਾਹੁੰਦੇ ਹੋ ਜਾਂ ਸੰਧੀ ਕਰਨੀ ਚਾਹੁੰਦੇ ਹੋ ਜੀ। ਉਹ ਵਿਆਹ ਵਿੱਚ ਜੰਗ ਦਾ ਮਾਹੌਲ ਬਣ ਗਿਆ ਜੀ। ਭੀਮ ਚੰਦ ਕਹਿੰਦਾ ਵੀ ਜੇ ਇਹ ਸਾਡੇ ਨਾਲ ਸੰਧੀ ਨਹੀਂ ਕਰਦਾ, ਸਹਿਮਤੀ ਨਹੀਂ ਦਿੰਦਾ ਗੁਰੂ ਜੀ ਨਾਲ ਜੰਗ ਕਰਨ ਬਾਰੇ, ਤਾਂ ਅਸੀਂ ਫਿਰ ਇਹਦੇ ਨਾਲ ਜੰਗ ਕਰ ਲਾਂਗੇ ਜੀ। ਹਾਂਜੀ, ਤਉ ਨਾ ਤਿੰਨ ਸੰਗ ਕੀ ਨਸਯੰਤਰ, ਸਰਣ ਪਰਣ ਚਾਹਤ ਚਿਤ ਅੰਤਰ। ਕਿਉਂ ਆਵਤ ਕੋ ਜਿਨ ਪੰਥ ਨਾ ਦੀਨਾ, ਗੁਰੂ ਸਾਹਿਬ ਨੇ ਆਉਣ ਲਈ ਰਸਤਾ ਨਹੀਂ ਦਿੱਤਾ ਉਹਨਾਂ ਨੂੰ। ਅਧਿਕ ਦੁਵੈਸ਼ ਤੁਮ ਸਭ ਬਿਦ ਚੀਨਾ, ਬੜਾ ਦੁਵੈਸ਼ ਕੀਤਾ ਉਹਨੇ ਗੁਰੂ ਸਾਹਿਬ ਨੇ ਸਾਡੇ ਨਾਲ। ਇਹ ਦੁਵੈਸ਼ ਤੇ ਇਹ ਕਰਦੇ ਨੇ, ਮਹਾਰਾਜ ਨੀ ਇਹਨਾਂ ਨਾਲ ਕਰਦੇ ਜੀ, ਅਸਲ ਚ ਇਹ ਕਰਦੇ ਨੇ, ਤੇ ਤੁਸੀਂ ਫਿਰ ਵੀ ਉਹਨਾਂ ਦੇ ਨਾਲ ਰਲ ਕੇ ਬਹਿ ਗਏ ਹੋ। ਹਾਂਜੀ, ਭੀਮ ਚੰਦ ਨਿਰਭਰਿਪ ਕੇ ਸਾਥੀ, ਜੇ ਤੁਮ ਬਣੇ ਰਹੋ ਇੱਕ ਗਾਥੀ। ਤੇ ਜੇ ਤੁਸੀਂ ਭੀਮ ਚੰਦ ਦੇ ਨਾਲ ਮੇਲ ਰੱਖਣਾ, ਤੇ ਤੁਹਾਨੂੰ ਗੁਰੂ ਜੀ ਨਾਲ ਜੰਗ ਕਰਨੀ ਪਏਗੀ। ਗੱਜ ਕੇ ਆਖੋ ਵਾਹਿਗੁਰੂ, ਕਿੱਡਾ ਵੱਡਾ ਪੰਗਾ ਹੀ ਪਾ ਦਿੱਤਾ ਜੀ ਇਹਨੇ ਜੀ। ਹਾਂਜੀ, ਤੁਵ ਤਨੁਜਾ, ਤੁਵ ਤਨੁਜਾ ਕਹੋ ਤਿਆਗ ਹੈ ਡੋਰਾ, ਕਰਹੋ ਨਿਹੋਰਨ ਹੋਏ ਨਾ ਨਿਹੋਰਾ। ਕਹਿਣ ਲੱਗੇ ਫਿਰ ਇੱਕ ਗੱਲ ਚੇਤਾ ਰੱਖ ਲੋ, ਜੇ ਭੀਮ ਚੰਦ ਦਾ ਸਾਥ ਨਹੀਂ ਦੇਣਾ ਤੇ ਗੁਰੂ ਸਾਹਿਬ ਨਾਲ ਜੰਗ ਨਹੀਂ ਕਰਨੀ, ਤੇ ਭੀਮ ਚੰਦ ਤੁਹਾਡੀ ਧੀ ਦਾ ਡੋਲਾ ਇੱਥੇ ਹੀ ਛੱਡ ਚੱਲਾ। ਇੱਥੇ ਕਹਿਣ ਲੱਗੇ ਰਾਜਾ ਤੁਹਾਡੀ ਧੀ ਦਾ ਡੋਲਾ ਇੱਥੇ ਛੱਡ ਚੱਲਾ। ਮੈਂ ਦਾਸ ਨੇ ਪਹਿਲਾਂ ਬੇਨਤੀ ਕੀਤੀ, ਬੜੀ ਵੱਡੀ ਚਿੰਤਾ ਦਾ ਵਿਸ਼ਾ ਪੈ ਜਾਂਦਾ ਖਾਲਸਾ ਜੀ, ਬੜੀ ਵੱਡੀ ਚਿੰਤਾ ਦਾ ਵਿਸ਼ਾ ਪੈ ਜਾਂਦਾ ਜੀ। ਘਰ ਵਿੱਚ ਬਰਾਤ ਆ ਗਈ ਹੋਵੇ, ਲਾਵਾਂ ਫੇਰੇ ਹੋ ਗਏ ਹੋਣ, ਸਭ ਕੁਝ ਹੋ ਗਿਆ ਹੋਵੇ, ਤੇ ਲੜਕੇ ਵਾਲੇ ਕਹਿਣ ਵੀ ਆਪਾਂ ਧੀ ਨੂੰ ਲੈ ਕੇ ਨਹੀਂ ਜਾਣਾ, ਬਾਪ ਦੇ ਮਨ ਤੇ ਕੀ ਬੀਤੇਗੀ ਜੀ। ਫਤਿਹ ਸ਼ਾਹ ਦੇ ਮਨ ਤੇ ਚਿੰਤਾ ਦਾ ਭਾਰ ਟੁੱਟ ਗਿਆ ਇਕਦਮ ਜੀ। ਹੈਂ, ਇਹ ਇਹਨਾਂ ਨੇ ਕੀ ਬੋਲਤਾ? ਤੇ ਜਸਵਾਲ ਰਾਜਾ ਤੇ ਮੰਤਰੀ ਉਹ ਬਾਰ ਬਾਰ ਇੱਕੋ ਹੀ ਗੱਲ ਕਹਿਣ, ਕਹਿਣ ਲੱਗੇ ਜੇ ਨਾ ਨਾ ਤੁਸੀਂ ਮੰਨੀ ਸਾਡੀ ਗੱਲ, ਤੇ ਤੁਹਾਡੀ ਧੀ ਦਾ ਡੋਲਾ ਇੱਥੇ ਹੀ ਪਿਆ ਜੇ। ਹਾਂਜੀ, ਬਨਹੇ ਨਾ ਮੇਲ ਫਰਕ ਉਰ ਪਰ। ਕਿਉਂ ਹਿਰਦਿਆਂ ਚ ਫਰਕ ਪੈ ਜਾਣਾ, ਤੇ ਫਿਰ ਆਪਣਾ ਸਾਡਾ ਤੁਹਾਡਾ ਕੋਈ ਮੇਲ ਨਹੀਂ ਚ ਰਹਿਣਾ। ਹਾਂਜੀ, ਜੇ ਕਰ ਗਿਰਪਤ ਗਨ ਵਿੱਚ ਪਰ। ਹਾਂਜੀ, ਕ੍ਰੁਧਤਾ ਅਧਿਕ ਅਭਹ ਉਠ ਚਾਲਾ। ਹਾਂਜੀ, ਨੀਠ ਨੀਠ ਕਰ ਬਹੁਰ ਬਿਠਾਲਾ। ਤੇ ਉਹ ਵਜ਼ੀਰ ਪਤਾ ਕੀ ਕਹਿੰਦਾ ਭੀਮ ਚੰਦ ਦਾ? ਕਹਿਣ ਲੱਗਾ ਸਾਡਾ ਰਾਜਾ ਤੇ ਹੁਣੇ ਹੀ ਚੱਲਾ ਸੀਗਾ, ਅਸੀਂ ਤੇ ਮਸਾਂ ਮਸਾਂ ਉਹਨੂੰ ਆਖਿਆ ਵੀ ਸਾਨੂੰ ਇੱਕ ਵਾਰੀ ਫਤਿਹ ਸ਼ਾਹ ਨਾਲ ਸਲਾਹ ਤੇ ਕਰ ਆਉਂਦੇ। ਹਾਂਜੀ, ਰਸ ਰਾਖਨ ਕੈ ਕਰਤ ਬਿਰਸ ਕਉ। ਹੁਣ ਮਰਜ਼ੀ ਤੇਰੀ ਹੈ, ਤੂੰ ਰਸ ਰੱਖਣਾ ਜਾਂ ਬੇਰਸ ਰਹਿਣਾ, ਇਹ ਹੁਣ ਤੂੰ ਦੱਸ ਦੇ ਸਾਨੂੰ। ਹਾਂਜੀ, ਜਸ ਅਭਿਲਖ ਹੋ ਭਖ ਹੋ ਤਸਕੋ। ਜਿਵੇਂ ਤੂੰ ਆਖੇਗਾ, ਉਹ ਫਤਿਹ ਸ਼ਾਹ ਰਾਜੇ ਨੂੰ ਕਹਿ ਰਿਹਾ ਜੀ, ਜਸਵਾਲ ਰਾਜਾ, ਜਿਵੇਂ ਤੂੰ ਆਖੇਗਾ ਉਵੇਂ ਅਸੀਂ ਭੀਮ ਚੰਦ ਰਾਜੇ ਨੂੰ ਕਹਿ ਦਿੰਦੇ ਹਾਂ।
ਫਤਿਹ ਸ਼ਾਹ ਸੁਣ ਚਿੰਤ ਮਹਾਨੀ। ਫਤਿਹ ਸ਼ਾਹ ਬੜੀ ਚਿੰਤਾ ਵਿਚ ਪੈ ਗਿਆ ਵੀ ਮੈਂ ਗੁਰੂ ਨੂੰ ਛੱਡਾਂ ਜਾਂ ਧੀ ਨੂੰ ਛੱਡਾਂ ਜੀ। ਹਾਂਜੀ, ਕਠਨ ਬਾਤ ਦੋਹ ਦਿਸ਼ ਤੇ ਜਾਨੀ। ਸਾਧ ਸੰਗਤ ਦੋਵਾਂ ਪਾਸਿਆਂ ਤੋਂ ਬੜੀ ਕਠਨ ਗੱਲ ਵੇਖੀ। ਫਤਿਹ ਸ਼ਾਹ ਨਾ ਗੁਰੂ ਸਾਹਿਬ ਨੂੰ ਹੀ ਛੱਡ ਸਕਦਾ ਤੇ ਨਾ ਭੀਮ ਚੰਦ ਨੂੰ ਹੀ ਛੱਡ ਸਕਦਾ ਹੈ ਜੀ। ਕਿਉਂ? ਭੀਮ ਚੰਦ ਉਹਦਾ ਕੁੜਮ ਬਣ ਚੁੱਕਾ ਜੀ, ਤੇ ਜੇ ਨਾ ਕਰੇ ਤੇ ਫਿਰ ਧੀ ਨੇ ਘਰ ਨਹੀਂ ਪਹੁੰਚਣਾ ਆਪਣੇ ਸਹੁਰੇ ਘਰ ਵਿੱਚ। ਫਤਿਹ ਸ਼ਾਹ ਬੜਾ ਚਿੰਤਤ ਵੀ ਮੈਂ ਹੁਣ ਗੁਰੂ ਸਾਹਿਬ ਨਾਲ ਰਿਸ਼ਤਾ ਨਿਭਾਵਾਂ ਜਾਂ ਭੀਮ ਚੰਦ ਨਾਲ ਰਿਸ਼ਤਾ ਨਿਭਾਵਾਂ। ਤੇ ਦਾਸ ਨੇ ਕੱਲ ਵੀ ਬੇਨਤੀ ਕੀਤੀ ਸੀ, ਜੇ ਇਹ ਕਿਤੇ ਗੁਰੂ ਸਾਹਿਬ ਨਾਲ ਰਿਸ਼ਤਾ ਨਿਭਾਵੇ ਤੇ ਮਾਰਾ ਨੇ ਇਹਨੂੰ ਕਮੀ ਨਹੀਂ ਆਉਣ ਦੇਣੀ ਜੀ ਕਿਸੇ ਗੱਲ ਦੀ ਜੀ। ਪਰ ਅੱਗੇ ਜਾ ਕੇ ਸੁਣੋ ਹੁੰਦਾ ਕੀ ਹੈ। ਹਾਂਜੀ, ਸਮਰਸ ਗੁਰ ਸਨ ਕੈ ਬਹੁ ਭਾਂਤੀ, ਹਿਤ ਠਾਨਤ ਮੇਰੋ ਦਿਨ ਰਾਤੀ। ਤੇ ਉਹ ਉਹਨਾਂ ਨੂੰ ਫਿਰ ਕਹਿਣ ਲੱਗਾ ਵੀ ਭਾਈ ਗੁਰੂ ਜੀ ਮੇਰੇ ਨਾਲ ਪਿਆਰ ਬੜਾ ਕਰਦੇ। ਕਹਿਣ ਲੱਗੇ ਮੇਰੇ ਨਾਲ ਮਹਾਰਾਜ ਦਾ ਪਿਆਰ ਬੜਾ ਤੇ ਸਾਡਾ ਮੇਲ ਵੀ ਬੜਾ ਜੀ। ਸਮਰਸ ਕਹਿੰਦੇ ਨੇ ਇੱਕ ਮੇਲ ਹੋਣਾ ਜੀ। ਮੇਰਾ ਗੁਰੂ ਜੀ ਨਾਲ ਪਿਆਰ ਬੜਾ ਤੇ ਗੁਰੂ ਜੀ ਦਾ ਮੇਰੇ ਨਾਲ ਬੜਾ ਪਿਆਰ ਹੈ। ਫਿਰ ਹੋਰ ਗੱਲ ਛੱਡੋ, ਗੁਰੂ ਸਾਹਿਬ ਮੇਰਾ ਭਲਾ ਵੀ ਬੜਾ ਸੋਚਦੇ ਨੇ। ਕਹਿਣ ਲੱਗਾ ਇਹ ਵੀ ਇੱਥੋਂ ਤੱਕ ਤੇ ਚੰਗੀ ਮਾਤੀ ਹੈ ਜੀ, ਜਿਹੜਾ ਇਹ ਸੋਚ ਰਿਹਾ ਵੀ ਗੁਰੂ ਜੀ ਮੇਰਾ ਭਲਾ ਸੋਚਦੇ ਨੇ। ਹਾਂਜੀ, ਕਿਰਪਾ ਕਰੇ ਰਾਖੇ ਸਨਮਾਨਾ। ਮਹਾਰਾਜ ਕਿਰਪਾ ਕਰਕੇ ਮੇਰੀ ਇੱਜ਼ਤ ਵੀ ਬੜੀ ਰੱਖਦੇ ਨੇ। ਜਦੋਂ ਮੈਂ ਉਹਨਾਂ ਦੇ ਕੋਲ ਜਾਵਾਂ ਤੇ ਮੇਰੀ ਇੱਜ਼ਤ ਵੀ ਬੜੀ ਕਰਦੇ। ਹੁਣ ਜਾਇਆ ਦਾ ਕੋਈ ਕਰੇ ਸਤਿਕਾਰ ਤੇ ਉਹ ਤੇ ਮਨ ਨੂੰ ਅੱਛਾ ਲੱਗਦਾ ਹੀ ਹੈ ਜੀ। ਅੱਜ ਕੇ ਆਖੋ ਵਾਹਿਗੁਰੂ। ਤੇ ਭੀਮ ਫਤਿਹ ਸ਼ਾਹ ਉਹਨਾਂ ਨੂੰ ਕਹਿ ਰਿਹਾ ਵੀ ਮਹਾਰਾਜ ਤੇ ਮੇਰਾ ਸਤਿਕਾਰ ਵੀ ਬੜਾ ਕਰਦੇ ਨੇ। ਹਾਂਜੀ, ਪ੍ਰਥਮ ਵਿਰੋਧ ਮਿਟਾਏ ਮਹਾਨਾ। ਤੇ ਮੇਰਾ ਇੱਕ ਨਾਨ ਦੇ ਰਾਜੇ ਦੇ ਨਾਲ ਮੇਦਨੀ ਪ੍ਰਕਾਸ਼ ਦੇ ਨਾਲ ਬੜਾ ਵਿਰੋਧ ਚੱਲਦਾ ਹੁੰਦਾ ਸੀਗਾ। ਗੁਰੂ ਸਾਹਿਬ ਨੇ ਸਾਡਾ ਵਿਰੋਧ ਦੂਰ ਕਰਾਇਆ ਸੀਗਾ ਉਸ ਸਮੇਂ। ਹਾਂਜੀ, ਸੁਣ ਵਜ਼ੀਰ ਤੂੰ ਸਮਤ ਸਿਆਣਾ। ਤੇ ਫਤਿਹ ਸ਼ਾਹ ਕਹਿਣ ਲੱਗਾ ਵਜ਼ੀਰ ਤੂੰ ਸਿਆਣਾ, ਮੇਰੀ ਗੱਲ ਦੀ ਵਿਚਾਰ ਕਰ, ਮੈਂ ਗੁਰੂ ਜੀ ਨੂੰ ਕਿਵੇਂ ਛੱਡਾਂ। ਵਧੈ ਵੈਰ ਵਿਪਰੈ ਜਨ ਠਾਨਾ। ਗੁਰੂ ਸਾਹਿਬ ਨਾਲ ਐਵੇਂ ਹੀ ਵੈਰ ਕਰ ਲਵਾਂ, ਬਿਨਾਂ ਕਿਸੇ ਕਾਰਨ ਤੋਂ ਵੈਰ ਕਰ ਲਵਾਂ। ਹਾਂਜੀ, ਹਿਤ ਕੇ ਕਰਨ ਹਾਰ ਹੋਏ ਕੋਈ। ਹਾਂਜੀ, ਤੇ ਸਨ ਲਰੇ ਪਾਪ ਵੱਡ ਹੋਈ। ਪਿਆਰ ਕਰਨ ਵਾਲੇ ਦੇ ਨਾਲ ਜੇ ਕੋਈ ਲੜਾਈ ਕਰੇ ਤੇ ਬੜਾ ਵੱਡਾ ਪਾਪ ਲੱਗਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਉਹ ਕਹਿ ਰਿਹਾ ਜੀ ਵੀ ਮਹਾਰਾਜ ਮੇਰੇ ਨਾਲ ਪਿਆਰ ਬੜਾ ਕਰਦੇ ਨੇ ਤੇ ਪਿਆਰ ਕਰਨ ਵਾਲੇ ਦੇ ਨਾਲ ਜੇ ਮੈਂ ਲੜਾਈ ਕਰਾਂ ਤੇ ਮੈਨੂੰ ਹੀ ਪਾਪ ਲੱਗੇਗਾ ਨਾ। ਹਾਂਜੀ, ਕੌਣ ਵਿਗਾੜ ਜਾਨ ਕਰ ਮਨ ਮੈਂ। ਮੈਂ ਕਿਹੜਾ ਵਿਗਾੜ ਮਨ ਵਿੱਚ ਵਿਗਾੜਾਂ, ਕੀ ਵਿਚਾਰ ਮਨ ਵਿੱਚ ਲਿਆਵਾਂ। ਮਹਾਰਾਜ ਨਾਲ ਵੈਰ ਤੇ ਤਾਂ ਕਰਾਂ ਵੀ ਜੇ ਮਹਾਰਾਜ ਨੇ ਮੇਰਾ ਕੁਝ ਮਾੜਾ ਕੀਤਾ ਹੋਵੇ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਤੇ ਮਾੜਾ ਕਦੀ ਵੀ ਨਹੀਂ ਕਿਸੇ ਦਾ ਕਰਦੇ ਜੀ। ਹਾਂਜੀ, ਕਦੀ ਕਰਦੇ ਹੀ ਨਹੀਂ। ਇਹ ਤੇ ਬੰਦੇ ਦੀ ਜੈਸੀ ਭਾਵਨਾ ਵੈਸਾ ਫਲ ਲੱਗਣਾ ਜੀ। ਹਾਂਜੀ, ਲੇ ਦਲ ਸਮੁਖ ਬਨੋ ਗੁਰ ਰਨ ਮੈਂ। ਤੇ ਹੱਦ ਹੋ ਗਈ, ਜਿਹੜੇ ਗੁਰੂ ਜੀ ਮੇਰੇ ਨਾਲ ਇੰਨਾ ਪਿਆਰ ਕਰਦੇ ਨੇ, ਮੈਂ ਉਸ ਗੁਰੂ ਜੀ ਦੇ ਨਾਲ ਜੰਗ ਦੇ ਮੈਦਾਨ ਵਿੱਚ ਕਿਵੇਂ ਲੜਾਂਗਾ। ਕਹਿਣ ਲੱਗੇ ਗੱਲ ਵੀ ਸੱਚੀ ਆ ਵੀ ਗੁਰੂ ਸਾਹਿਬ ਤੇ ਮੇਰੇ ਨਾਲ ਪਿਆਰ ਬੜਾ ਕਰਦੇ ਤੇ ਮੈਂ ਉਸੇ ਗੁਰੂ ਸਾਹਿਬ ਦੇ ਬਰਾਬਰ ਜੰਗ ਵਿੱਚ ਹੋ ਕੇ ਮਹਾਰਾਜ ਦੇ ਨਾਲ ਜੰਗ ਕਰਾਂ। ਹਾਂਜੀ, ਨਾਹਕ ਤੁਮਨੇ ਰਚਿਓ ਬਖੇਰਾ। ਹਾਂਜੀ, ਕਰਾ ਮਾਤ ਸਾਹਿਬ ਸੰਗ ਝੇਰਾ। ਤੇ ਤੁਸੀਂ ਖਾਮ ਖਾਈ ਕੋਈ ਬਖੇੜਾ ਖੜਾ ਕੀਤਾ ਹੋਏਗਾ ਮਹਾਰਾਜ ਨਾਲ। ਮਹਾਰਾਜ ਤੇ ਦਿਆਲੂ ਹੀ ਨੇ, ਉਹ ਦਿਆਲੂ ਨੇ। ਤੁਸੀਂ ਵਜ਼ੀਰ ਕੋਈ ਖਾਮ ਖਾ ਬਖੇੜਾ ਮਹਾਰਾਜ ਨਾਲ ਖੜਾ ਕੀਤਾ ਹੋਏਗਾ। ਗੁਰੂ ਸਾਹਿਬ ਵਿੱਚ ਬੜੀਆਂ ਕਰਾਮਾਤਾਂ ਨੇ। ਗੱਜ ਕੇ ਆਖੋ ਵਾਹਿਗੁਰੂ। ਉਹ ਕਹਿ ਰਿਹਾ ਮਹਾਰਾਜ ਵਿੱਚ ਬਖਸ਼ਿਸ਼ਾਂ ਬੜੀਆਂ, ਮਹਾਰਾਜ ਵਿੱਚ ਕਰਾਮਾਤਾਂ ਬੜੀਆਂ, ਮਹਾਰਾਜ ਦਿਆਲੂ ਬੜੇ ਨੇ। ਹਾਂਜੀ, ਜਾਚੀ ਵਸਤ ਨਹੀਂ ਜੇ ਦੀਨ। ਹਾਂਜੀ, ਤਉ ਪੂਜਬੇ ਥਾਨ ਪ੍ਰਬੀਨ। ਕਹਿਣ ਲੱਗਾ ਵਜ਼ੀਰ ਜੇ ਮੰਗੀ ਹੋਈ ਚੀਜ਼ ਗੁਰੂ ਸਾਹਿਬ ਨੇ ਨਹੀਂ ਦਿੱਤੀ ਤੇ ਫਿਰ ਵੀ ਗੁਰੂ ਸਾਹਿਬ ਉੱਤੇ ਸਾਨੂੰ ਸ਼ੰਕਾ ਨਹੀਂ ਕਰਨਾ ਚਾਹੀਦਾ, ਗੁਰੂ ਦੀ ਫਿਰ ਵੀ ਪੂਜਾ ਹੀ ਕਰਨੀ ਚਾਹੀਦੀ। ਕਹਿਣ ਲੱਗਾ ਮਹਾਰਾਜ ਦੀ ਫਿਰ ਵੀ ਪੂਜਾ ਹੀ ਕਰਨੀ ਚਾਹੀਦੀ ਹੈ। ਫਿਰ ਕੀ ਹੋਇਆ, ਉਹਨਾਂ ਦੀ ਵਸਤੂ ਉਹਨਾਂ ਨਹੀਂ ਦਿੱਤੀ। ਕਿਸੇ ਦੀ ਵਸਤੂ ਹੋਵੇ ਅਸੀਂ ਮੰਗੀਏ ਉਹ ਨਾ ਦੇਵੇ ਜੀ,
ਇਹਦਾ ਮਤਲਬ ਇਹ ਥੋੜੀ ਵੀ ਆਪਾਂ ਉਹਦੇ ਤੇ ਜੰਗ ਕਰਕੇ ਉਹਨੂੰ ਮਾਰਨ ਹੀ ਤੁਰ ਪੈਣਾ ਜੀ। ਕਹਿਣ ਲੱਗਾ ਜੇ ਗੁਰੂ ਸਾਹਿਬ ਨੇ ਨਹੀਂ ਵੀ ਵਸਤੂ ਦਿੱਤੀ ਨਾ, ਹਾਥੀ ਨਹੀਂ ਵੀ ਦਿੱਤਾ, ਤੇ ਫਿਰ ਵੀ ਗੁਰੂ ਸਾਹਿਬ ਦੀ ਪੂਜਾ ਹੀ ਕਰਨੀ ਚਾਹੀਦੀ। ਕਿਉਂ? ਉਹ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੱਦੀ ਦੇ ਮਾਲਕ ਨੇ। ਕਹਿਣ ਲੱਗੇ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੱਦੀ ਉੱਤੇ ਸੱਜੇ ਹੋਏ ਨੇ, ਉਹਨਾਂ ਵਿੱਚ ਤਾਕਤਾਂ, ਉਹਨਾਂ ਵਿੱਚ ਸਮਰੱਥਾ ਬੜੀ ਹੈ, ਤੇ ਕਿਸੇ ਪ੍ਰਕਾਰ ਦੇ ਨਾਲ ਆਪਾਂ ਹੀ ਖਾਮ ਖਾ ਕੋਈ ਝਗੜਾ ਕੀਤਾ ਹੋਏਗਾ ਜੀ। ਹੁਣ ਵੇਖੋ ਨਾ ਜੀ, ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਤੇ ਕੋਈ ਵੀ ਝਗੜਾ ਨਹੀਂ ਕੀਤਾ। ਮਹਾਰਾਜ ਨੇ ਸਿੱਧਾ ਹੀ ਕਿਹਾ ਸੀ, ਹਾਥੀ ਸਾਡੇ ਸਿੱਖ ਦਾ ਇਹ ਨਹੀਂ ਮਿਲਣਾ ਭਾਈ। ਅੱਛਾ, ਇਹ ਸ਼ੁਰੂ ਤੋਂ ਹੀ ਝੂਠ ਬੋਲਦੇ ਨੇ, ਇਹ ਸ਼ੁਰੂ ਤੋਂ ਇਹ ਕਹਿੰਦੇ ਰਹੇ ਵੀ ਹਾਥੀ ਦੇ ਦਿਓ ਵਾਪਸ ਕਰ ਦਿਆਂਗੇ, ਤੇ ਮਨ ਵਿੱਚ ਇਹ ਫੁਰਨਾ ਸੀ ਵੀ ਇੱਕ ਵਾਰੀ ਹਾਥੀ ਆਏਗਾ, ਬਾਅਦ ਚੋਂ ਵਾਪਸ ਨਹੀਂ ਦੇਣਾ ਜੀ। ਹਾਂਜੀ, ਬਨਹੋ ਨਿਮਰ ਇਮਹੀ ਬਨਿਆ। ਤੇ ਫਤਿਹ ਸ਼ਾਹ ਨੇ ਅੱਗੋਂ ਪਤਾ ਕੀ ਆਖਿਆ? ਫਤਿਹ ਸ਼ਾਹ ਕਹਿਣ ਲੱਗਾ, ਵਜ਼ੀਰ ਤੂੰ ਜਾ ਕੇ ਭੀਮ ਚੰਦ ਨੂੰ ਆਖ ਵੀ ਮਹਾਰਾਜ ਦੇ ਅੱਗੇ ਉਹ ਨੀਵਾਂ ਬਣ ਕੇ ਰਵੇ ਜੀ, ਨੀਵਾਂ ਬਣ ਕੇ ਰਵੇ, ਨੀਵਾਂ ਬਣ ਕੇ ਰਹੇਗਾ ਤੇ ਸੁੱਖ ਮਿਲਿਆ ਰਹੇਗਾ ਉਹਨੂੰ। ਹਾਂਜੀ, ਬਦੇ ਵਿਰੋਧ ਨਹੀਂ ਕੁਛ ਪਾਵੇ। ਅੱਛਾ, ਆਮ ਜੇ ਬੰਦੇ ਦੇ ਨਾਲ ਬੰਦਾ ਵਿਰੋਧ ਕਰ ਲੇ ਨਾ ਜੀ, ਆਮ ਜੇ ਬੰਦੇ ਦੇ ਨਾਲ, ਤੇ ਸਾਧ ਸੰਗਤ ਜੀ ਉਹ ਵੀ ਨਹੀਂ ਇੰਨਾ ਸੁੱਖ ਮਿਲਦਾ, ਤੇ ਜੇ ਗੁਰੂ ਸਾਹਿਬ ਨਾਲ ਹੀ ਵਿਰੋਧ ਬੰਦਾ ਕਰਨ ਲੱਗ ਪਿਆ ਤੇ ਫਿਰ ਕਿਵੇਂ ਸੁੱਖ ਮਿਲੇਗਾ ਜੀ। ਕਹਿਣ ਲੱਗਾ, ਮਹਾਰਾਜ ਨਾਲ ਐਵੇਂ ਨਾ ਵਿਰੋਧ ਕਰ ਬੈਠੀਏ, ਕੋਈ ਸੁੱਖ ਨਹੀਂ ਮਿਲਣਾ ਸਾਨੂੰ ਉਹਨਾਂ ਨਾਲ ਵਿਰੋਧ ਕਰਕੇ। ਜਿਹੜੇ ਵੈਰ ਨੇ ਨਾ ਜੀ, ਵੈਰ ਇਹ ਤੇ ਸਾਧ ਸੰਗਤ ਜੀ ਫਿਰ ਜਨਮਾਂ ਜਨਮਾਂਤਰਾਂ ਤੱਕ ਚੱਲਦੇ ਨੇ ਜੀ, ਜਨਮਾਂ ਜਨਮਾਂਤਰਾਂ ਤੱਕ ਜੀ। ਹਾਂਜੀ, ਮੈਂ ਅੰਤਰ ਪਰ ਮੇਲ ਕਰਾਵਾਂ। ਤੇ ਅੱਗੋਂ ਫਤਿਹ ਸ਼ਾਹ ਨੇ ਇਹ ਕਹਿ ਦਿੱਤਾ ਵੀ ਭੀਮ ਚੰਦ ਨੂੰ ਆਖੋ ਵੀ ਮੈਂ ਭੀਮ ਚੰਦ ਦੀ ਗੁਰੂ ਸਾਹਿਬ ਨਾਲ ਸਲਾਹ ਕਰਾ ਦਿਆਂਗਾ, ਮੈਂ ਉਹਦਾ ਮਾਰੋ ਨਾਲ ਮੇਲਾ ਕਰਾ ਦਿੰਦਾ, ਜੇ ਕੋਈ ਗੱਲ ਹੋ ਵੀ ਗਈ ਹੈ ਤੇ ਮੈਂ ਸਲਾਹ ਕਰਾ ਦਿੰਦਾ ਵਿੱਚ। ਹਾਂਜੀ, ਗੁਰ ਤੇ ਕਹਿ ਕਰ ਸਭ ਬਖਸ਼ਾਵਾਂ। ਤੇ ਮੈਨੂੰ ਭਰੋਸਾ, ਮਹਾਰਾਜ ਨੇ ਮੇਰੀ ਕਹੀ ਹੋਈ ਗੱਲ ਮੋੜਨੀ ਨਹੀਂ, ਮਹਾਰਾਜ ਮੇਰੇ ਨਾਲ ਪਿਆਰ ਬੜਾ ਕਰਦੇ ਨੇ ਜੀ, ਗੁਰੂ ਜੀ ਮੇਰੇ ਨਾਲ ਪਿਆਰ ਬੜਾ ਕਰਦੇ, ਮੇਰੀ ਕਹੀ ਹੋਈ ਗੱਲ ਮੋੜਦੇ ਨੀ, ਤੇ ਜੋ ਤੁਸਾਂ ਬੋਲਤਾ ਬੋਲਤਾ, ਮੈਂ ਭੀਮ ਚੰਦ ਨੂੰ ਮਾਫ਼ੀ ਦਵਾ ਲਵਾਂਗਾ ਮਹਾਰਾਜ ਕੋਲੋਂ ਜੀ। ਇੱਥੋਂ ਤੱਕ ਪਤਾ ਲੱਗਦਾ ਵੀ ਫਤਿਹ ਸ਼ਾਹ ਮਹਾਰਾਜ ਨੂੰ ਵੱਡਾ ਹੀ ਜਾਣਦਾ ਜੀ, ਤੇ ਭੀਮ ਚੰਦ ਨੂੰ ਛੋਟਾ ਜਾਣਦਾ, ਜਿਹੜਾ ਕਹਿ ਰਿਹਾ ਮੈਂ ਭੀਮ ਚੰਦ ਨੂੰ ਮਾਫ਼ੀ ਦਵਾ ਦਿਆਂਗਾ, ਤੇ ਮਾਫ਼ ਤੇ ਵੱਡੇ ਨੇ ਕਰਨਾ ਹੁੰਦਾ ਜੀ। ਹਾਂਜੀ, ਭਈ ਸੋ ਭਈ ਜਾਨ ਅਬ ਦੀਜੈ, ਬ੍ਰਿਥਾ ਵਿਰੋਧ ਬਾਦ ਕਿਉਂਕਿ ਜੋ ਹੋ ਗਿਆ ਹੋ ਗਿਆ, ਤੇ ਤੁਸੀਂ ਮੇਰੇ ਵੱਲੋਂ ਭੀਮ ਚੰਦ ਨੂੰ ਆਖੋ ਵੀ ਮੈਂ ਮੇਲ ਕਰਾ ਦਿੰਦਾ ਗੁਰੂ ਸਾਹਿਬ ਨਾਲ। ਹਾਂਜੀ, ਦੋਹਰਾ ਸੁਣ ਜਸਵਾਲ ਵਜ਼ੀਰ ਤਬ ਫਤਿਹ ਸ਼ਾਹ ਕੇ ਬੈਨ। ਤੇ ਰਾਜਾ ਜਸਵਾਲ ਤੇ ਭੀਮ ਚੰਦ ਦਾ ਵਜ਼ੀਰ ਇਹ ਦੋਵੇਂ ਹੀ ਭੀਮ ਚੰਦ ਕੋਲ ਆਏ ਤੇ ਆ ਕੇ ਸਾਰੀ ਫਤਿਹ ਸ਼ਾਹ ਦੀ ਗੱਲ ਦੱਸੀ ਜੀ। ਉਹਨੇ ਉਹ ਤੇ ਤੁਹਾਡੀ ਸਲਾਹ ਕਰਾਉਣ ਨੂੰ ਫਿਰਦਾ ਮਹਾਰਾਜ ਨਾ, ਉਹਨੇ ਮਹਾਰਾਜ ਨੂੰ ਕੀ ਛੱਡਣਾ, ਗੁਰੂ ਜੀ ਨੂੰ ਕੀ ਛੱਡਣਾ, ਉਹ ਤੇ ਤੁਹਾਡੀ ਸਲਾਹ ਕਰਾਉਣ ਦੀ ਵਿਚਾਰ ਬਣਾ ਰਿਹਾ। ਹਾਂਜੀ, ਭੀਮ ਚੰਦ ਕੇ ਢਿੱਗ ਗਏ ਥਰੇ ਉਹ ਜਹਾਂ ਤੇ ਰਿਸ ਨੈਣ। ਬਸ ਜਦੋਂ ਉਹਨੇ ਇਹ ਗੱਲਾਂ ਸੁਣੀਆਂ ਉਹਨੇ ਬੜੀਆਂ ਅੱਖਾਂ ਕੱਢੀਆਂ ਜੀ, ਬੜਾ ਗੁੱਸਾ ਕੀਤਾ ਜੀ ਉਹਨੇ ਵੀ ਇਹ ਕੌਣ ਹੁੰਦਾ ਸਾਡੀ ਸਲਾਹ ਕਰਾਉਣ ਵਾਲਾ। ਹਾਂਜੀ, ਚੌਪਈ ਤਰਕਤ ਵਾਕ ਕਹਿਓ ਜਸਵਾਲ। ਜਸਵਾਲ ਨੇ ਨਾ ਜੀ, ਜਿਹੜਾ ਜਸਵਾਲ ਰਾਜਾ ਉਹ ਤਰਕ ਕਰਕੇ ਗੱਲ ਕਰਨ ਦਿਆ, ਕਈ ਬੰਦਿਆਂ ਦੇ ਗੱਲ ਕਰਨ ਦਾ ਤਰੀਕਾ ਇਹੋ ਜਿਹਾ ਹੁੰਦਾ, ਗੱਲ ਸਿੱਧੀ ਵੀ ਹੋਵੇ ਉਹਨਾਂ ਪੁੱਠੀ ਬਣਾ ਕੇ ਪੇਸ਼ ਕਰਨੀ ਜੀ ਲੋਕਾਂ ਅੱਗੇ ਜੀ, ਗੱਲ ਸਿੱਧੀ ਵੀ ਹੋਵੇ ਨਾ ਜੀ, ਉਹਨਾਂ ਦੇ ਗੱਲ ਕਰਨ ਦਾ ਤਰੀਕਾ ਇਹੋ ਜਿਹਾ ਹੁੰਦਾ, ਪੁੱਠੀ ਬਣਾ ਕੇ ਲੋਕਾਂ ਨੂੰ ਗੱਲ ਦੱਸਣਗੇ ਜੀ ਉਹ ਜੀ। ਹਾਂਜੀ, ਤਵ ਸਮਦੀ ਕੋ ਰਸ ਗੁਰ ਨਾਲ। ਕਹਿਣ ਲੱਗਾ ਭੀਮ ਚੰਦ ਰਾਜੇ ਨੂੰ ਆਖਿਆ, ਰਾਜਾ ਜੀ ਜਿਹੜਾ ਤੁਹਾਡਾ ਕੁੜ ਮੈਣਾ ਇਹਦਾ ਦਸਵੇਂ ਪਾਤਸ਼ਾਹ ਨਾਲ ਬਹੁਤਾ ਹੀ ਪਿਆਰ ਲੱਗਦਾ। ਕਹਿਣ ਲੱਗਾ ਬਹੁਤਾ ਹੀ ਪਿਆਰ ਲੱਗਦਾ। ਹਾਂਜੀ, ਉਲਟੋ ਤੁਮਕੋ ਚਹੇ ਮਿਲਾਇਓ। ਉਹ ਤੇ ਤੁਹਾਨੂੰ ਵੀ ਨੀ, ਗੁਰੂ ਨੂੰ ਛੱਡਣ ਦੀ ਕੀ ਗੱਲ ਤੁਸੀਂ ਕਰਦੇ ਹੋ, ਵੀ ਤੁਹਾਡੇ ਕਰਕੇ ਉਹ ਗੁਰੂ ਨੂੰ ਛੱਡੇ, ਉਹ ਤੇ ਤੁਹਾਨੂੰ ਵੀ ਗੁਰੂ ਨਾਲ ਮਿਲਾਉਣਾ ਚਾਹੁੰਦਾ। ਕਹਿਣ ਲੱਗਾ ਇਸ ਗੱਲ ਨੂੰ ਨਾ ਥੋੜੇ ਤਰੀਕੇ ਨਾਲ ਕਰ ਦਿੰਦਾ ਤੇ ਹੋ ਸਕਦਾ ਭੀਮ ਚੰਦ ਦਾ ਮਨ ਠੰਡਾ ਹੋ ਜਾਂਦਾ, ਪਰ ਜਸਵਾਲ ਰਾਜੇ ਦੇ ਗੱਲ ਕਰਨ ਦਾ ਤਰੀਕਾ ਬੜਾ ਸ਼ਰਾਰਤੀਆਂ ਵਾਲਾ ਹੈਗਾ ਜੀ,
ਸ਼ਰਾਰਤੀ ਬੰਦਾ ਹੈਗਾ ਜੀ ਇਹ ਵੀ। ਹਾਂਜੀ ਲਖੀਅਤ ਗੁਰ ਕਰਾਹ ਕੁਛ ਖਾਇਓ ਗੱਜ ਕੇ ਆਖੋ ਵਾਹਿਗੁਰੂ। ਪਤਾ ਚ ਸਵਾਲ ਰਾਜਾ ਕੀ ਕਹਿੰਦਾ, ਕਹਿੰਦਾ ਭੀਮ ਚੰਦ ਰਾਜਾ ਜੀ ਮੈਨੂੰ ਲੱਗਦਾ ਤੁਹਾਡੇ ਕੁੜਮ ਨੇ ਗੁਰੂ ਦਾ ਕੜਾਹ ਖਾਧਾ। ਕਹਿਣ ਲੱਗਾ ਤਾਂ ਗੁਰੂ ਜੀ ਦੀ ਬੋਲੀ ਬੋਲਦਾ ਉਹ ਬਾਰ ਬਾਰ, ਉਹਨੇ ਖਾ ਲਿਆ ਗੱਜ ਕੇ ਆਖੋ ਵਾਹਿਗੁਰੂ। ਤੇ ਪੂਤ ਨੇ ਤੂੰ ਕਿਦਾ ਖਾਧਾ, ਇਹਨੂੰ ਬੰਦੇ ਨੂੰ ਪੁੱਛੇ ਵੀ ਤੂੰ ਭੀਮ ਚੰਦ ਦਾ ਖਾਧਾ ਤੇ ਭੀਮ ਚੰਦ ਦੀ ਬੋਲੀ ਬੋਲਦਾ। ਹਾਂਜੀ ਉਹ ਤੇ ਫਿਰ ਵੀ ਭਾਗਾਂ ਵਾਲਾ ਗੁਰੂ ਘਰ ਦਾ ਕੜਾ ਖਾਂਦਾ ਜੀ, ਗੁਰੂ ਘਰ ਦਾ ਪ੍ਰਸ਼ਾਦ ਛਕਦਾ। ਇਹ ਕਹਿਣ ਦਾ ਭਾਵ ਵੀ ਅੰਨ ਖਾਧਾ, ਇਹਦਾ ਭਾਵ ਇਹ ਹੈ। ਜਸਵਾਲ ਕਹਿੰਦਾ ਮੈਨੂੰ ਲੱਗਦਾ ਤੁਹਾਡਾ ਜਿਹੜਾ ਕੁੜਮ ਹੈ ਉਹਨੇ ਗੁਰੂ ਕਾ ਕੜਾ ਛਕ ਲਿਆ। ਕਹਿਣ ਲੱਗਾ ਹਾਂਜੀ ਕਰਾ ਮਾਤ ਸਾਹਿਬ ਪ੍ਰਭ ਜਾਨੈ। ਉਹ ਪਤਾ ਕੀ ਸਮਝਦਾ, ਉਹ ਸਮਝਦਾ ਗੁਰੂ ਗੋਬਿੰਦ ਸਿੰਘ ਜੀ ਬੜੇ ਵੱਡੇ ਕਰਾਮਾਤੀ ਹਨ। ਉਹ ਇਹ ਸਮਝਦਾ ਇਹਦੇ 'ਚ ਕੋਈ ਸ਼ੱਕ ਨਹੀਂ ਹੈਗੀ, ਦਸਵੇਂ ਪਾਤਸ਼ਾਹ ਜੋ ਕਹਿਣ ਉਹੀ ਹੋ ਸਕਦਾ ਹੈ ਜੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਜੀ। ਹਾਂਜੀ ਤਿੰਨ ਸਨ ਦੁਐਸ਼ ਨਹੀਂ ਕਿਮ ਠਾਨੈ। ਕਹਿਣ ਲੱਗਾ ਉਹਨਾਂ ਨਾਲ ਦੁਐਸ਼ ਕਿਵੇਂ ਕਰੂ, ਉਹ ਨਹੀਂ ਦੁਐਸ਼ ਕਰਕੇ ਰਾਜੀ ਹੈਗਾ ਉਹਨਾਂ ਨਾਲ, ਉਹ ਤੇ ਪਿਆਰ ਕਰਕੇ ਰਾਜੀ ਹੈ ਮਹਾਰਾਜ ਨਾਲ, ਉਹਨੇ ਤਾਂ ਨਹੀਂ ਜੰਗ ਕਰਨੀ। ਹਾਂਜੀ ਜਥਾ ਬਨਿਓ ਗੁਰਸਿੱਖ ਬਿਸਾਲਾ। ਤੇ ਜਸਵਾਲ ਰਾਜਾ ਵੇਖੋ ਕੀ ਕਹਿੰਦਾ, ਕਹਿੰਦਾ ਮੈਨੂੰ ਤੇ ਲੱਗਦਾ ਵੀ ਜਿਹੜਾ ਤੁਹਾਡਾ ਕੁੜਮ ਹੈ ਨਾ ਇਹ ਗੁਰੂ ਦਾ ਬਹੁਤਾ ਹੀ ਵੱਡਾ ਸਿੱਖ ਬਣਿਆ ਹੋਇਆ ਜੀ, ਗੱਜ ਕੇ ਆਖੋ ਵਾਹਿਗੁਰੂ। ਇਹ ਤੇ ਬਹੁਤਾ ਹੀ ਵੱਡਾ ਸਿੱਖ ਬਣ ਗਿਆ, ਇਹ ਤੇ ਭਾਗਾਂ ਦੀ ਨਿਸ਼ਾਨੀ ਹੁੰਦੀ ਜੀ। ਅੱਛਾ ਵੇਖ ਲੋ ਭੀਮ ਚੰਦ ਵੀ ਸਿੱਖ ਬਣਨਾ ਚਾਹੁੰਦਾ ਸੀਗਾ ਜੀ, ਪਰ ਉਹਦੇ ਕਰਮਾਂ ਨੇ ਸਾਥ ਨਹੀਂ ਦਿੱਤਾ ਜੀ। ਸਿੱਖ ਬਣਨਾ ਵੀ ਸਾਧ ਸੰਗਤ ਐਵੇਂ ਨਹੀਂ ਚਾਹੀਦਾ, ਜਿਹੜਾ ਹਰ ਇੱਕ ਅੱਗੇ ਜਾ ਕੇ ਜ਼ੋਰ ਲਾਉਂਦੇ ਨਾ ਸਿੱਖ ਬਣ ਜਾਓ ਸਿੱਖ ਬਣ ਜਾਓ, ਮੈਂ ਤੇ ਇਹੋ ਬੇਨਤੀ ਕਰਦਾ ਹੁੰਦਾ ਵੀ ਇਹ ਤੇ ਭਾਗਾਂ ਦੀ ਖੇਡ ਹੈ ਬਾਈ ਜੀ, ਭਾਗਾਂ ਦੀ ਖੇਡ ਹੈ ਇਹ, ਬਿਨਾਂ ਭਾਗਾਂ ਤੋਂ ਖੇਡ ਨਹੀਂ ਬਣਦੀ। ਬੰਦਾ ਬੈਠਿਆ ਬੈਠਿਆ ਪੁੱਠਾ ਸੋਚ ਪੈਂਦਾ ਹੈ ਜੀ, ਬੈਠਾ ਬੈਠਾ ਹੀ ਜੀ। ਹਾਂਜੀ ਤਿਮ ਬੋਲਤ ਹਮ ਸੋ ਇਸ ਕਾਲਾ। ਉਹ ਤੇ ਇੱਦਾਂ ਗੱਲਾਂ ਕਰਦਾ ਜਿਵੇਂ ਗੁਰੂ ਦਾ ਬੜਾ ਵੱਡਾ ਸਿੱਖ ਹੋਵੇ। ਹਾਂਜੀ ਰਾਵਰ ਕ੍ਰੋਧ ਨਾ ਜਾਣਿਓ ਕਨੇ, ਤੇ ਤੁਹਾਡੇ ਤੁਹਾਨੂੰ ਤੇ ਕੁਝ ਵੀ ਨਹੀਂ ਜਾਣਦਾ, ਇਹ ਹੁੰਦੇ ਚ ਭੜਕਾਊ ਬੰਦੇ। ਗੱਜ ਕੇ ਆਖੋ ਵਾਹਿਗੁਰੂ, ਫੇਰ ਆਖੋ ਵਾਹਿਗੁਰੂ, ਫੇਰ ਆਖੋ ਵਾਹਿਗੁਰੂ। ਇਹ ਹੁੰਦੇ ਚ ਭੜਕਾਊ ਬੰਦੇ ਜੀ, ਕਹਿਣ ਲੱਗੇ ਤੁਹਾਨੂੰ ਤਾਂ ਕੁਝ ਵੀ ਨਹੀਂ ਉਹ ਸਮਝਦੇ, ਤੁਹਾਨੂੰ ਸਮਝਦੇ ਹੋਣ ਤੇ ਤੁਹਾਡਾ ਮਾਣ ਸਤਿਕਾਰ ਨਾ ਕਰਨ। ਹਾਂਜੀ ਫਿਰਿਓ ਨਾ ਗੁਰ ਤੇ ਰਸ ਉਰਸਨੇ, ਤੇ ਕੀ ਨਾਮ ਉਹ ਤੇ ਬਿਲਕੁਲ ਹੀ ਤੁਹਾਡੇ ਉਲਟ ਤੇ ਗੁਰੂ ਸਾਹਿਬ ਦੇ ਅਨੁਕੂਲ ਆ ਉਹ। ਹਾਂਜੀ ਜਥਾ ਆਏ ਤੁਮਰੇ ਮਨ ਮਾਹੀ, ਕਰੋ ਤਦਾ ਕੋ ਬਰਜਤ ਨਾਹੀ। ਤੇ ਹੁਣ ਇਹਨਾਂ ਬੰਦਿਆਂ ਨੇ ਹੋਰ ਉਲਟ ਕਹਿ ਦਿੱਤਾ, ਭੀਮ ਚੰਦ ਰਾਜਾ ਜੀ ਜੋ ਤੁਹਾਡੇ ਮਨ ਨੂੰ ਚੰਗਾ ਲੱਗਦਾ ਤੁਸੀਂ ਉਹ ਹੀ ਕਰੋ। ਕਹਿਣ ਲੱਗੇ ਜੇ ਛੱਡ ਕੇ ਜਾਣਾ ਤੇ ਛੱਡ ਦਿਓ ਡੋਲਾ। ਗੱਜ ਕੇ ਆਖੋ ਵਾਹਿਗੁਰੂ, ਛੱਡ ਦਿਓ ਡੋਲਾ ਤੇ ਆਪ ਤੁਸੀਂ ਕਿਸੇ ਹੋਰ ਬੰਨੇ ਵਿਆਹ ਕਰਾ ਲਓ ਆਪਣੇ ਪੁੱਤ ਦਾ ਜੀ। ਹਾਂਜੀ ਸੁਣ ਕਰ ਭੀਮ ਚੰਦ ਰਿਸ ਛਾਈ, ਭੀਮ ਚੰਦ ਨੂੰ ਸੁਣ ਕੇ ਗੁੱਸਾ ਹੀ ਚੜ ਗਿਆ ਵੀ ਮੇਰਾ ਕੁੜਮ ਮੈਨੂੰ ਛੱਡ ਕੇ ਗੁਰੂ ਸਾਹਿਬ ਨਾਲ ਪਿਆਰ ਕਰਦਾ। ਹਾਂਜੀ ਅਗਨੀ ਜਵਲਤ ਆਹੂਤ ਜਨ ਪਾਈ, ਤੇ ਉਹਨਾਂ ਦੀਆਂ ਗੱਲਾਂ ਦਾ ਤਰੀਕਾ ਇਸ ਤਰ੍ਹਾਂ ਸੀਗਾ, ਗੁੱਸਾ ਤੇ ਅੱਗੇ ਭੀਮ ਚੰਦ ਨੂੰ ਮਹਾਰਾਜ ਦਾ ਨਾਮ ਸੁਣ ਕੇ ਬੜਾ ਆਇਆ ਹੋਇਆ ਸੀਗਾ, ਗੱਲਾਂ ਦਾ ਤਰੀਕਾ ਇਸ ਤਰ੍ਹਾਂ ਸੀ ਵੀ ਉਸ ਅੱਗ ਵਿੱਚ ਮਾਨੋ ਘਿਓ ਪੈ ਗਿਆ ਜੀ, ਉਹਨਾਂ ਦੇ ਕਹਿਣ ਦਾ ਤਰੀਕਾ ਇਸ ਤਰ੍ਹਾਂ ਦਾ ਸੀਗਾ ਜੀ। ਹਾਂਜੀ ਕਹਿਓ ਦੇਹੋ ਕਰ ਕੂਚ ਨਗਾਰਾ, ਹਾਂਜੀ ਮੈਂ ਨਾ ਕਰੋ ਕਛ ਅੰਗੀਕਾਰਾ। ਉਹਨਾਂ ਫਿਰ ਇਹ ਗੱਲ ਭੀਮ ਚੰਦ ਨੇ ਸੁਣ ਕੇ ਕਹਿ ਦਿੱਤੀ, ਕਹਿਣ ਲੱਗਾ ਨਗਾਰਾ ਵਜਵਾਓ ਤੇ ਚੱਲੀਏ ਇੱਥੋਂ। ਕਹਿਣ ਲੱਗਾ ਛੱਡ ਦਿਓ ਵਿਆਹ ਸਾਰਾ ਕੁਝ ਵਿੱਚੇ ਛੱਡ ਦਿਓ, ਨਗਾਰਾ ਵਜਾਓ ਤੇ ਚੱਲੀਏ ਇੱਥੋਂ। ਹਾਂਜੀ ਆਨ ਥਾਨ ਨਿਜ ਨੰਦਨ ਵਿਆਹ, ਮੈਂ ਆਪੇ ਹੀ ਕਿਸੇ ਹੋਰ ਥਾਂ ਤੇ ਆਪਣੇ ਪੁੱਤ ਦਾ ਵਿਆਹ ਕਰ ਦਿਆਂਗਾ, ਮੇਰੇ ਪੁੱਤਰ ਨੂੰ ਕਿਹੜਾ। ਕਹਿਣ ਲੱਗਾ ਰਿਸ਼ਤਿਆਂ ਦੀ ਘਾਟ ਹੈ। ਹਾਂਜੀ ਇਸ ਕੇ ਦੇਸ਼ ਨਾ ਆਵਨ ਚਾਹੋ, ਅੱਜ ਤੋਂ ਬਾਅਦ ਮੈਂ ਇਹਦੇ ਦੇਸ਼ ਵਿੱਚ ਪੈਰ ਨਹੀਂ ਰੱਖਣਾ। ਕਹਿਣ ਲੱਗਾ ਭੀਮ ਚੰਦ, ਕਹਿਣ ਲੱਗਾ ਹਾਂਜੀ ਆਸ ਦੁਸ਼ਮਨ ਮੇਰੋਖ ਦੁਖਦਾਈ, ਅੱਜ ਤੋਂ ਬਾਅਦ ਇਹ ਮੇਰਾ ਦੁਸ਼ਮਣ ਹੋ ਗਿਆ। ਕਹਿਣ ਲੱਗਾ ਵੇਲੋ ਨੇ ਗੁਰੂ ਸਾਹਿਬ ਦੀ ਸਿਫਤੀ ਕੀਤੀ ਜੀ ਵੀ ਮਹਾਰਾਜ ਵੱਡੇ ਕਰਾਮਾਤੀ, ਉਹਨਾਂ ਨਾਲ ਜੰਗ ਨਹੀਂ ਕਰਨੀ ਚਾਹੀਦੀ। ਉਹਨੇ ਤਾਂ ਸਿੱਧੀ ਜੀ ਗੱਲ ਕੀਤੀ ਪਰ ਦੱਸਣ ਵਾਲੇ ਬੜਾ ਪੁੱਠੀ ਗੱਲ ਦੱਸਣ ਦੇ ਜੀ। ਉਹ ਕਹਿ ਰਿਹਾ, ਕਹਿਣ ਲੱਗਾ
ਅੱਜ ਤੋਂ ਬਾਅਦ ਫਤਿਹ ਸ਼ਾਹ ਵੀ ਮੇਰਾ ਦੁਸ਼ਮਣ ਬਣ ਗਿਆ। ਹਾਂਜੀ, ਤਿਨਕੇ ਸੰਗ ਪ੍ਰੀਤ ਉਪਜਾਈ, ਕਿਉਂ? ਇਹ ਗੁਰੂ ਸਾਹਿਬ ਨਾਲ ਪਿਆਰ ਕਰਦਾ। ਹਾਂਜੀ, ਜਿਮ ਗੁਰ ਸ਼ਤਰੂ ਤਥਾ ਇਹ ਮੇਰੋ, ਸਾਧ ਸੰਗਤ ਅਬਲ ਤੇ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਦੀ ਜ਼ਿੰਦਗੀ ਚ ਇਹੋ ਜਿਹਾ ਸਮਾਂ ਨਾ ਲਿਆਉਣਾ, ਪਰ ਜੇ ਆ ਵੀ ਜਾਏ ਨਾ ਤੇ ਇੱਕ ਪੰਕਤੀ ਚੇਤਾ ਕਰ ਲਿਓ, ਭਾਵੇਂ ਉਹ ਟਰਾਲੀਆਂ ਤੇ ਲਿਖੀ ਹੁੰਦੀ ਪਰ ਹੁੰਦੀ ਬੜੀ ਵੱਡੀ ਸੱਚਾਈ ਚ, ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜੇ। ਹਾਂਜੀ, ਇਹ ਪੰਕਤੀ ਚੇਤਾ ਕਰ ਲਿਓ ਜੀ, ਬਸ ਬਾਕੀ ਕੋਈ ਗੱਲ ਨੀ ਜੀ। ਜੱਗ ਰੁੱਸਦਾ ਤੇ ਰੁੱਸ ਵੀ ਜਾਏ। ਹਾਂਜੀ, ਉਹ ਇੱਕ ਬਾਬਾ ਧਾਰਨਾ ਵਾਲੇ ਜਿਹੜੇ, ਉਹ ਕੀ ਮੁੱਖ ਦੁਨੀਆਂ ਮੋੜ ਲਵੇ, ਸਾਈਆਂ ਤੂੰ ਮੁੱਖੜਾ ਨਾ ਮੋੜੀ। ਹਾਂਜੀ, ਗੱਲ ਤੇ ਸਿੱਧੀ ਜੀ ਹੈਗੀ ਆ ਜੀ, ਪਰ ਸੱਚਾਈ ਵੀ ਹੈਗੀ ਆ ਜੀ। ਪਰ ਇਹ ਗਾ ਲੈਣਾ ਸੌਖਾ, ਜਦੋਂ ਦੁਨੀਆਂ ਮੁੱਖ ਮੋੜ ਲਵੇ ਤੇ ਬੰਦਾ ਫਿਰ ਵੀ ਸਾਈ ਵੱਲ ਮੁੱਖ ਰੱਖੇ, ਬੜਾ ਔਖਾ ਕੰਮ ਹੈਗਾ ਜੀ ਇਹ ਜੀ। ਹਾਂਜੀ, ਇਹ ਗੱਲ ਨੂੰ ਚੇਤਾ ਹੀ ਵੈਸੇ ਰੱਖਣਾ ਚਾਹੀਦਾ, ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਇਹ ਜੱਗ ਭਾਵੇਂ ਸਾਰਾ ਰੁੱਸ ਜੇ ਪਰ ਔਖਾ ਬੜਾ, ਜੇ ਜੱਗ ਨੂੰ ਕੌਣ ਰਸਾ ਕੇ ਰਾਜੀ ਹੈ ਜੀ। ਇਸੇ ਕਰਕੇ ਬਾਬਾ ਕਬੀਰ ਜੀ ਕਹਿੰਦੇ, ਮਨ ਮਾਨੈ ਲੋਕ ਨਾ ਭਤੀਜੈ, ਨਾ ਭਤੀਜੈ ਤਉ ਕਿਆ ਕੀਜੈ। ਜੇ ਨਹੀਂ ਲੋਕ ਖੁਸ਼ ਹੁੰਦੇ ਤੇ ਮੈਂ ਕੀ ਕਰਾਂ ਕਹਿਣ ਲੱਗੇ। ਤੇ ਕਿਤੇ ਕਿਤੇ ਤੇ ਕਹਿੰਦੇ, ਲੋਗਨ ਸਿਉ ਮੇਰਾ ਠਾਠਾ ਬਾਗਾ, ਇਸੇ ਕੰਮ ਕਰਕੇ ਜੀ। ਹੁਣ ਉਹ ਕਹਿੰਦਿਆਂ ਕਹਿਣ ਲੱਗਾ, ਕੋਈ ਨੀ, ਜੇ ਫਤਿਹ ਸ਼ਾਹ ਹੈ ਵੀ ਹੈ ਨਾ ਗੁਰੂ ਦਾ, ਤੇ ਅੱਜ ਤੋਂ ਬਾਅਦ ਫਤਿਹ ਸ਼ਾਹ ਮੇਰਾ ਦੁਸ਼ਮਣ। ਹਾਂਜੀ, ਲਰੋਂ ਦੋਹਨ ਸੋ ਪਰਿਓ ਬਖੇਰੋ, ਅੱਜ ਤੋਂ ਬਾਅਦ ਇੱਕ ਕਲਗੀਧਰ ਤੇ ਦੂਜਾ ਫਤਿਹ ਸ਼ਾਹ, ਹੁਣ ਦੋਵਾਂ ਨਾਲ ਹੀ ਮੇਰੀ ਜੰਗ ਹੋਏਗੀ ਕਹਿਣ ਲੱਗਾ। ਹਾਂਜੀ, ਇਮ ਕਹਿ ਕਰ ਮਾਨਵ ਪਠ ਦੀਨੋ, ਇਹ ਕਹਿ ਕੇ ਉਹਨੇ ਇੱਕ ਮਨੁੱਖ ਭੇਜਿਆ ਵੀ ਜਾਓ ਦੱਸ ਦਿਓ, ਅਸੀਂ ਇੱਥੋਂ ਕੂਚ ਕਰਨ ਲੱਗੇ ਆ। ਹਾਂਜੀ, ਕਾਰਨ ਕੂਚ ਨਗਾਰਾ ਕੀਨੋ, ਤੇ ਨਗਾਰਾ ਵੀ ਵਜਵਾ ਲਿਆ ਜੀ ਉਹਨੇ ਕੂਚ ਕਰਨ ਦਾ। ਹਾਂਜੀ, ਤਤ ਸ਼ਿਨ ਜੀਨ ਹੈਨ ਪਰ ਡਾਲੇ, ਉਸੇ ਵੇਲੇ ਘੋੜਿਆਂ ਤੇ ਕਾਠੀਆਂ ਪਾ ਦਿੱਤੀਆਂ ਤੇ ਬਰਾਤ ਵਾਪਸ ਲੈ ਕੇ ਜਾਣ ਦੀ ਤਿਆਰੀ ਸ਼ੁਰੂ ਹੋ ਗਈ ਜੀ। ਹਾਂਜੀ, ਕਰੀ ਸ਼ਿੰਗਾਰਨ ਕੀਨ ਉਤਾਲੇ, ਛੇਤੀ ਛੇਤੀ ਹਾਥੀਆਂ ਨੂੰ ਥੋੜਾ ਬਹੁਤਾ ਉਹਨਾਂ ਸ਼ਿੰਗਾਰ ਕੀਤਾ ਜਿੰਨਾ ਕੁ ਕਰ ਸਕਦੇ ਸੀਗੇ, ਤੇ ਡਿਕਲੇਅਰ ਹੋ ਗਿਆ ਵੀ ਬਰਾਤ ਵਾਪਸ ਜਾਏਗੀ ਇੱਥੋਂ। ਹਾਂਜੀ, ਇਮ ਤਬ ਤਿਆਰ ਅਰੂਢਨ ਭਇਓ, ਹਾਂਜੀ, ਫਤਿਹ ਸ਼ਾਹ ਕੇ ਨਰ ਸੁਣ ਲਇਓ, ਉਹ ਆਪਣੇ ਭੀਮ ਚੰਦ ਪੁੱਤਰ ਨੂੰ ਸਾਰਿਆਂ ਨੂੰ ਲੈ ਕੇ ਵਾਪਸ ਚੱਲਾ ਹੀ ਸੀ ਤੇ ਫਤਿਹ ਸ਼ਾਹ ਦੇ ਬੰਦਿਆਂ ਨੇ ਇਹ ਗੱਲ ਸੁਣ ਲਈ ਵੀ ਬਰਾਤ ਤੇ ਵਾਪਸ ਜਾ ਰਹੀ, ਉਹ ਵੀ ਬਿਨਾਂ ਡੋਲਾ ਲਿਆ। ਹਾਂਜੀ, ਮੰਤਰੀ ਆਦਿ ਉਤਾਇਲ ਧਾਏ, ਮੰਤਰੀ ਉਸੇ ਵੇਲੇ ਜਿਹੜੇ ਭੀਮ ਚੰਦ ਫਤਿਹ ਸ਼ਾਹ ਦੇ ਸੀ, ਉਹ ਭੱਜੇ ਭੱਜੇ ਗਏ ਜੀ ਭੀਮ ਚੰਦ ਕੋਲ, ਉਹ ਵਾਹਿਗੁਰੂ ਫਤਿਹ ਸ਼ਾਹ ਦੇ ਕੋਲ। ਹਾਂਜੀ, ਨਿਜ ਰਾਜੇ ਕੰਨ ਵਾਕ ਲਾਏ, ਤੇ ਭੱਜ ਕੇ ਜਾ ਕੇ ਉਹਨਾਂ ਫਤਿਹ ਸ਼ਾਹ ਨੂੰ ਗੱਲ ਦੱਸੀ, ਟੂਟਨ ਸਮਦੀ ਸਾਥ ਤੁਮਾਰੋ, ਕਹਿਣ ਲੱਗੇ ਅਨਰਥ ਹੋ ਰਿਹਾ ਰਾਜਾ ਜੀ, ਗੱਜ ਕੇ ਆਖੋ ਵਾਹਿਗੁਰੂ। ਉਹ ਕਹਿੰਦਾ ਕੀ ਹੋਇਆ? ਕਹਿਣ ਲੱਗਾ ਤੁਹਾਡਾ ਕੁੜਮ ਨਾਰਾਜ ਹੋ ਗਿਆ ਤੇ ਬਰਾਤ ਵਾਪਸ ਲੈ ਕੇ ਜਾ ਰਿਹਾ। ਹਾਂਜੀ, ਕਿਮ ਬਨ ਆਵਹਿ ਕਿਉਂ ਨਾ ਵਿਚਾਰੋ, ਕੋਈ ਵਿਚਾਰ ਕਰੋ ਛੇਤੀ, ਜਿਹਦੇ ਨਾਲ ਉਹ ਵਾਪਸ ਨਾ ਲੈ ਜੇ ਸਾਰੀ ਬਰਾਤ। ਹਾਂਜੀ, ਗੁਰ ਸੋ ਮੇਲ ਕਰਨ ਹੈ ਕਹਾਂ, ਤੇ ਉਹਦੇ ਬੰਦੇ ਵੀ ਉਹਨੂੰ ਪੁੱਠੀ ਸਲਾਹ ਦੇਣ ਲੱਗ ਪਏ, ਕਹਿਣ ਲੱਗੇ ਛੱਡੋ ਗੁਰੂ ਦਾ ਖਹਿੜਾ, ਕਹਿਣ ਲੱਗੇ ਛੱਡੋ ਖਹਿੜਾ, ਫਿਰ ਕੀ ਹੋਇਆ ਜੇ ਗੁਰੂ ਨਾਲ ਸਾਡਾ ਮੇਲ ਨਹੀਂ ਬਣੇਗਾ। ਹਾਂਜੀ, ਦਿਨ ਕੇ ਤਿਕ ਤੇ ਥਿਰ ਭੇ ਇਹਾਂ, ਉਹ ਕੁਝ ਕੁ ਦੇਣ ਹੀ ਹੋਏ ਨੇ, ਉਹ ਅਸੀਂ ਉਹਨਾਂ ਦੇ ਦਰਸ਼ਨ ਕੀਤੇ ਨੇ, ਤੇ ਪਹਾੜੀ ਰਾਜੇ ਤੇ ਸਾਡੇ ਸ਼ੁਰੂ ਤੋਂ ਸਾਥੀ ਨੇ, ਤੇ ਕਈ ਦਿਨ ਹੋ ਗਏ ਭੀਮ ਚੰਦ ਤੁਹਾਡੇ ਕੋਲ ਆ ਕੇ ਬੈਠਾ ਇੱਥੇ। ਹਾਂਜੀ, ਚੱਲਿਓ ਸ਼ੋਰ ਤਵ ਤਨੁਜਾ ਡੋਲਾ, ਹਾਂਜੀ, ਇਹ ਅਪਜਸ ਪਸਰੇ ਚਹੋਰਾ, ਤੇ ਜੇ ਤੁਹਾਡੀ ਪੁੱਤਰੀ ਦਾ ਡੋਲਾ ਛੱਡ ਕੇ ਚਲੇ ਗਿਆ ਤੇ ਤੁਹਾਡੀ ਬੜੀ ਬੇਇੱਜ਼ਤੀ ਹੋਣੀ, ਕਹਿਣ ਲੱਗੇ ਆਸੇ ਪਾਸੇ ਲੋਕ ਬੁਰਾ ਭਲਾ ਕਹਿਣਗੇ। ਹਾਂਜੀ, ਨਿਜ ਸਮਦੀ ਕੇ ਬਨ ਅਨੁਸਾਰੀ, ਤੇ ਅਸੀਂ ਤੇ ਇਹੋ ਹੀ ਸਲਾਹ ਦਿੰਦੇ ਆ, ਛੇਤੀ ਕਰੋ, ਆਪਣੇ ਸਮਝੀ ਦੇ ਅਨੁਸਾਰੀ ਹੋ ਜਾਓ ਤੇ ਆਪਣੀ ਧੀ ਦੇ ਰਿਸ਼ਤੇ ਨੂੰ ਬਚਾ ਲਓ, ਕਹਿਣ ਲੱਗੇ। ਹਾਂਜੀ, ਰਹਿ ਆਵਹਿ ਜਿਮ ਲਾਜ ਤਿਹਾਰੀ, ਅਸੀਂ ਉਹ ਸਲਾਹ ਦੇ ਰਹੇ ਜਿਹਦੇ ਨਾਲ ਤੁਹਾਡੀ ਇੱਜ਼ਤ ਰਹਿ ਜਾਏਗੀ। ਸਾਧ ਸੰਗਤ, ਕਈ ਵਾਰੀ ਲੱਗਦਾ ਜੇ ਗੁਰੂ ਵਾਲੇ ਪਾਸੇ ਜਾਵਾਂਗੇ ਤੇ ਸਾਡੀ ਇੱਜ਼ਤ ਘੱਟਦੀ, ਪਰ ਮਾਫ਼ ਕਰਿਓ, ਗੁਰੂ ਵਾਲੇ ਪਾਸੇ ਜਾਣ ਨਾਲ ਇੱਕ ਦਿਨ ਇੱਜ਼ਤ ਬਣ ਜਾਂਦੀ ਜੀ ਬੰਦੇ ਦੀ ਜੀ।
ਇੱਜ਼ਤ ਬਣ ਜਾਂਦੀ ਜੀ। ਕੁਝ ਸਮੇਂ ਵਾਸਤੇ ਜਿਹੜਾ ਦੁਨੀਆਂ ਦੇ ਸਾਹਮਣੇ ਮਜ਼ਾਕ ਬਣਦਾ ਨਾ, ਸਤਿਗੁਰੂ ਲਿਸ਼ਕਾ ਕੇ ਦੁਨੀਆਂ ਦੇ ਸਾਹਮਣੇ ਕਰ ਦਿੰਦੇ ਉਹਨੂੰ ਜੀ। ਮਹਾਰਾਜ ਵਿੱਚ ਇੰਨੀ ਤਾਕਤ ਹੈਗੀ ਹੈ ਜੀ, ਪਰ ਇਹ ਗੱਲ ਕੌਣ ਦੱਸੇ ਉੱਥੇ ਗਿਆਨ ਧਿਆਨ ਉਹਨੂੰ ਜੀ। ਉਹ ਕਹਿੰਦੇ ਛੱਡ ਖਹਿੜਾ ਤੇ ਆਪਣੇ ਸਮਝੀ ਦੇ ਅਨੁਸਾਰ ਹੀ ਹੋ ਜਾ, ਆਪਣੇ ਕੁੜਮ ਦੇ ਅਨੁਸਾਰ ਹੀ ਹੋ ਜਾ। ਹਾਂਜੀ, ਸੁਣ ਕਰ ਨਿਜ ਸਚਿਵਨ ਕੀ ਬਾਣੀ। ਉਹਨੇ ਉਸੇ ਵੇਲੇ ਆਪਣੇ ਵਜ਼ੀਰਾਂ ਦੀ ਗੱਲ ਸੁਣੀ ਫਤਿਹ ਸ਼ਾਹ ਨੇ। ਹਾਂਜੀ, ਸ਼ੰਕਤ ਚਿਤਮ ਹੈ ਤਬ ਹੇ ਬਖਾਨੀ। ਐਸਾ ਸੰਗਤ ਉਹਦੇ ਮਨ ਚ ਸ਼ੰਕਾ ਜਾ ਪੈਦਾ ਹੋ ਗਿਆ, ਉਹ ਉਸੇ ਵੇਲੇ ਉਹਨੇ ਇਹ ਗੱਲ ਆਖੀ ਜੀ। ਹਾਂਜੀ, ਤੂਰਨ ਜਾਏ ਛਿਮਾ ਕਰੇ ਵਾਵੋ। ਹਾਂਜੀ, ਕਰੋ ਨਿਹੋਰਨ ਚੜਤ ਹਟਾਵੋ। ਕਹਿਣ ਲੱਗਾ ਮੈਂ ਤੇ ਮਾੜੀ ਗੱਲ ਥੋੜੀ ਕੀਤੀ ਸੀ, ਮੈਂ ਤੇ ਆਖਿਆ ਸੀ ਵੀ ਮੈਂ ਭੀਮ ਚੰਦ ਦਾ ਤੇ ਗੁਰੂ ਦਾ ਵੈਰ ਖਤਮ ਕਰਾ ਦਿੰਦਾ ਜੀ, ਇਹਨੂੰ ਮਾਫੀ ਦਵਾ ਦਿੰਦਾ, ਮੈਂ ਤੇ ਮਾੜੀ ਗੱਲ ਕੋਈ ਕੀਤੀ ਨੀ। ਹਾਂਜੀ, ਸ਼੍ਰੇਯ ਹੇਤ ਮੈਂ ਤਿੰਨ ਕੋ ਕਹਿਓ, ਕਿਉਂ ਤੂਟਨ ਕਹੋ ਚਿਤ ਮਹਿ ਚਾਹਿਓ। ਤੇ ਮੈਂ ਤੇ ਮੇਲ ਦੀ ਗੱਲ ਕੀਤੀ ਸੀ, ਪਰ ਇਹ ਤੇ ਸਾਡੇ ਨਾਲ ਹੀ ਵਿਛੋੜਾ ਪੈਦਾ ਹੋ ਚੱਲਾ। ਹਾਂਜੀ, ਮੈਂ ਸਮਝੀ ਕੇ ਨਿਤ ਅਨੁਸਾਰੀ। ਗੱਜ ਕੇ ਆਖੋ ਵਾਹਿਗੁਰੂ, ਥੋੜੇ ਜਿਹੇ ਸਾਵਧਾਨ ਹੋਵੋ ਤੇ ਹੋਰ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਬਸ ਸੰਗਤ ਜੀ, ਇੱਥੇ ਡਰ ਲੱਗਦਾ ਜੀ, ਬੜਾ ਹੀ ਡਰ ਲੱਗਦਾ ਜੀ। ਫਤਿਹ ਸ਼ਾਹ ਨੇ ਫਿਰ ਗੱਲ ਕਹਿ ਦਿੱਤੀ, ਕਹਿਣ ਲੱਗਾ ਉਹਨੂੰ ਆਖੋ ਧੀ ਦਾ ਰਿਸ਼ਤਾ ਨਾ ਤੋੜੇ, ਮੇਰੀ ਧੀ ਦਾ ਡੋਲਾ ਵਾਪਸ ਘਰ ਵਿੱਚ ਲੈ ਜੇ, ਜਿਵੇਂ ਭੀਮ ਚੰਦ ਆਖੇਗਾ ਮੈਂ ਉਵੇਂ ਹੀ ਕਰਾਂਗਾ। ਕਹਿਣ ਲੱਗਾ ਉਵੇਂ ਹੀ ਕਰਾਂਗਾ। ਹਾਂਜੀ, ਲਰੋ ਗੁਰੂ ਸੰਗ ਤਿੰਨੋ ਅਗਾਰੀ। ਤੇ ਹੁਣ ਇਹ ਗੱਲ ਦਾ ਅਰਥ ਕਿਵੇਂ ਕਰੀਏ ਜੀ, ਜੋ ਉਹਨੇ ਬੋਲ ਦਿੱਤੀ ਜੀ। ਫਤਿਹ ਸ਼ਾਹ ਕਹਿਣ ਲੱਗਾ ਉਹਨੂੰ ਆਖੋ ਵੀ ਜੇ ਉਹ ਆਖੇਗਾ ਨਾ ਤੇ ਮੈਂ ਉਹਦੇ ਤੋਂ ਵੀ ਅੱਗੇ ਹੋ ਕੇ ਗੁਰੂ ਨਾਲ ਜੰਗ ਕਰਨ ਲਈ ਤਿਆਰ ਹਾਂ, ਪਰ ਰਿਸ਼ਤਾ ਨਾ ਛੱਡੇ ਜੀ, ਰਿਸ਼ਤਾ ਨਾ ਛੱਡੇ। ਬਸ ਸੰਗਤ ਜੀ, ਇਹਨਾਂ ਗੱਲਾਂ ਤੋਂ ਡਰਨਾ ਚਾਹੀਦਾ ਜੀ। ਹਾਂਜੀ, ਫਿਰ ਬੇਨਤੀ ਹੈ ਵੀ ਇਹ ਲੋਕ ਨਹੀਂ ਖੁਸ਼ ਹੁੰਦੇ ਜੀ, ਪਰ ਬੰਦਾ ਮੁੱਖ ਗੁਰੂ ਵੱਲੋਂ ਮੁੱਖ ਗੁਰੂ ਵੱਲ ਰੱਖੇ। ਬਸ ਇੱਕ ਗੱਲ ਚੇਤਾ ਰੱਖੋ, ਗੁਰੂ ਵੱਲ ਮੁੱਖ ਹੋਵੇਗਾ ਨਾ ਜੀ, ਕਿਸੇ ਗੱਲ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਜੀ, ਕਿਸੇ ਗੱਲ ਦੀ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ। ਤੇ ਜੇ ਗੁਰੂ ਵੱਲ ਮੁੱਖ ਨਹੀਂ ਨਾ ਹੈਗਾ ਜੀ, ਦੁਨੀਆਂ ਵਾਲੇ ਪਾਸੇ ਮੁੱਖ ਹੋ ਗਿਆ ਤੇ ਚਿੰਤਾ ਹੀ ਚਿੰਤਾ ਹੈ, ਚਿੰਤਾ ਹੀ ਚਿੰਤਾ ਹੈ। ਬੰਦਾ ਸੂਰਜ ਵੱਲ ਮੁੱਖ ਰੱਖ ਕੇ ਤੁਰੀ ਜਾਵੇ, ਪਰਛਾਵਾਂ ਆਪੇ ਪਿੱਛੇ ਪਿੱਛੇ ਰਹਿੰਦਾ, ਤੇ ਸੂਰਜ ਵੱਲ ਕਰ ਲਏ ਪਿੱਠ ਤੇ ਪਰਛਾਵੇਂ ਵੱਲ ਕਰ ਲਏ ਮੁੱਖ, ਤੇ ਪਰਛਾਵਾਂ ਵੀ ਸਾਥ ਛੱਡ ਜਾਂਦਾ ਬੰਦੇ ਦਾ ਜੀ, ਪਰਛਾਵਾਂ ਵੀ ਸਾਥ ਛੱਡ ਜਾਂਦਾ। ਬਸ ਚੇਤਾ ਰੱਖੋ, ਮੈਂ ਨਹੀਂ ਕਹਿੰਦਾ ਸੰਗਤ ਜੀ ਕਿਸੇ ਨੂੰ ਮੁਸ਼ਕਲ ਬਣੇ ਜੀ, ਮਹਾਰਾਜ ਤੁਹਾਡੀ ਜ਼ਿੰਦਗੀ 'ਚ ਇੰਨੇ ਕੁ ਸੁੱਖ ਲਿਖ ਦੇਣ, ਇੰਨੇ ਕੁ ਸੁੱਖ ਲਿਖ ਦੇਣ, ਜਿੱਥੇ ਸੁੱਖ ਲਿਖਣ ਉੱਥੇ ਹਰ ਕੋ ਨਾਮ ਸਦਾ ਸੁਖਦਾਈ ਉਹ ਵੀ ਲਿਖ ਦੇਣ ਜੀ, ਤੁਹਾਡੀ ਜ਼ਿੰਦਗੀ 'ਚ ਸੁੱਖ ਬਣੇ ਰਹਿਣ ਸਾਡੀ ਸਾਰਿਆਂ ਦੀ। ਪਰ ਸਾਧ ਸੰਗਤ ਇੱਕ ਗੱਲ ਦਾ ਚੇਤਾ ਰੱਖਣਾ, ਭੁੱਲ ਕੇ ਵੀ ਇਹ ਗੱਲ ਨਹੀਂ ਕਰਨੀ ਜੀ, ਇਹ ਗੱਲ ਨਹੀਂ ਕਰਨੀ। ਹੁਣ ਬੰਦਾ ਬਿਵਸ਼ ਹੋ ਜਾਂਦਾ ਜੀ, ਇਹ ਕਸਵੱਟੀ ਸੀ, ਇਹ ਸਹਿਣੀ ਬੜੀ ਔਖੀ ਜੀ। ਹਾਂਜੀ, ਇਹ ਕਸਵੱਟੀ ਸਹਿਣੀ ਬੜੀ ਔਖੀ ਹੈ, ਤੇ ਹੁਣ ਵੇਖ ਲਓ ਉਹਨੇ ਕਹਿ ਹੀ ਦਿੱਤਾ ਜੀ, ਕਹਿ ਦਿੱਤਾ, ਕਹਿਣ ਲੱਗਾ ਮੈਂ ਗੁਰੂ ਨਾਲ ਅੱਗੇ ਹੋ ਕੇ ਜੰਗ ਲੜਾਂਗਾ। ਕਹਿਣ ਲੱਗਾ ਅੱਗੇ ਹੋ ਕੇ ਜੰਗ ਲੜਾਂਗਾ। ਤੋ ਆਪਾਂ ਇਸ ਗੱਲ ਦਾ ਚੇਤਾ ਰੱਖਣਾ ਵੀ ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਹਾਂ ਮਹਾਰਾਜ ਸਾਹਿਬ ਨਾ ਰੁੱਸਣ, ਗੁਰੂ ਵੱਲੋਂ ਪਿੱਠ ਨਾ ਹੋਵੇ। ਕਰਬਤ ਭਲਾ ਨਾ ਕਰਬਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ। ਕਈ ਗੁਰਮੁਖ ਕਰਬਤ ਪਾਠ ਵੀ ਕਰਦੇ ਵੀ ਸੀਸ ਵੱਢਿਆ ਜਾਵੇ ਉਹ ਭਲਾ, ਪਰ ਗੁਰੂ ਸਾਹਿਬ ਜੀ ਤੁਹਾਡੀ ਜਿਹੜੀ ਕਰਬਟ ਹੈ ਨਾ ਉਹ ਨਹੀਂ ਭਲੀ ਜੀ, ਮੁੱਖ ਤੁਹਾਡੇ ਤੋਂ ਮੁੜ ਜਾਵੇ ਇਹ ਨਹੀਂ ਭਲਾ ਜੀ। ਫਤਿਹ ਸ਼ਾਹ ਨੂੰ ਕਹਿਣਾ ਪਿਆ, ਭੀਮ ਚੰਦ ਨੂੰ ਆਖੋ ਜਾਵੇ ਨਾ, ਮੈਂ ਜੰਗ ਕਰਨ ਲਈ ਤਿਆਰ ਹਾਂ। ਹਾਂਜੀ, ਏਤੋ ਕੋਪ ਕਹੋ ਕਿਮ ਕੀਨੋ, ਉਹਨਾਂ ਉਹਨੂੰ ਆਖੋ ਵੀ ਉਹ ਗੁੱਸਾ ਕਿਉਂ ਕਰਦਾ। ਹਾਂਜੀ, ਜਿਸ ਤੇ ਚੜਤ ਪ੍ਰੀਤ ਹੋਏ ਹੀਨੋ, ਜਿਹਦੇ ਕਰਕੇ ਐਵੇਂ ਸਾਡੀ ਪ੍ਰੀਤ ਵਿੱਚ ਕਿਉਂ ਫਰਕ ਪੈ ਰਿਹਾ। ਪਰ ਸਾਧ ਸੰਗਤ ਇੱਕ ਗੱਲ ਚੇਤਾ ਰੱਖੋ, ਦੁਨੀਆਂ ਦੇ ਬੰਦਿਆਂ ਨਾਲ ਜੇ ਆਪਾਂ ਪ੍ਰੀਤ ਵਾਲਾ ਖਿਆਲ ਰੱਖਾਂਗੇ ਤੇ ਉਹ ਗੁਰੂ ਕੇ ਮਰਜ਼ਾਦਾ ਵਾਲਾ ਨਾ ਹੋਵੇ ਤੇ ਗੁਰੂ ਵਾਲੇ ਬੰਨਿਓ ਪ੍ਰੀਤ ਟੁੱਟ ਜਾਂਦੀ ਹੈ ਜੀ। ਹਾਂਜੀ, ਜਿਨ੍ਹਾਂ ਨੇ ਪ੍ਰੀਤ ਲਾਈ ਨਾ ਜੀ, ਉਹ ਤਾਂ ਕਹਿੰਦੇ ਮੇਰੀ ਪ੍ਰੀਤ ਗੋਬਿੰਦ ਸਿਉ ਜਿਣ ਘਟੈ, ਮੈਂ ਤੋਂ ਮੋਲ ਮਹਿਗੀ ਲਈ ਜੀ ਸਟੈ।
ਇਹ ਪਿਆਰ ਕਿਤੇ ਜਿਆਣ ਵਾਰ ਕੇ ਲਿਆ, ਐਵੇਂ ਨਹੀਂ ਲਿਆ ਜੀ। ਉਹ ਕਹਿਣ ਲੱਗਾ ਸਾਡਾ ਪਿਆਰ ਨਹੀਂ ਟੁੱਟਣਾ ਚਾਹੀਦਾ, ਬਾਕੀ ਗੁਰੂ ਸਾਹਿਬ ਵਾਲੀ ਕੋਈ ਗੱਲ ਨਹੀਂ ਕਹਿਣ ਲੱਗਾ। ਹਾਂਜੀ, ਸੁਣ ਮੰਤਰੀ ਦੌੜੇ ਤਬ ਗਏ, ਉਹਦੇ ਮੰਤਰੀ ਦੌੜੇ ਦੌੜੇ ਗਏ ਜੀ ਸੁਣ ਕੇ ਭੀਮ ਚੰਦ ਨੂੰ ਰੋਕਣ ਵਾਸਤੇ। ਹਾਂਜੀ, ਹੱਥ ਜੋੜ ਸਭ ਉਚਰਤ ਭਏ, ਹੱਥ ਜੋੜ ਕੇ ਉਹਨਾਂ ਨੇ ਭੀਮ ਚੰਦ ਨੂੰ ਆਖਿਆ, ਸੁਮਤ ਵੰਤ ਤੁਮ ਕਿਉਂ ਨਾ ਵਿਚਾਰੋ। ਕਹਿਣ ਲੱਗੇ ਤੁਸੀਂ ਬੁੱਧੀਮਾਨ ਹੋ ਰਾਜਾ ਜੀ, ਤੁਸੀਂ ਸਿਆਣੇ ਹੋ, ਇੱਕ ਗੱਲ ਦੀ ਵਿਚਾਰ ਤੇ ਕਰ ਲੋ ਜਾਣ ਤੋਂ ਪਹਿਲਾਂ। ਹਾਂਜੀ, ਫਤਿਹ ਸ਼ਾਹ ਨ੍ਰਿਪ ਤੁਵ ਅਨੁਸਾਰੋ, ਤੁਸੀਂ ਚੱਲੇ ਕਿਉਂ? ਫਤਿਹ ਸ਼ਾਹ ਤੇ ਤੁਹਾਡੇ ਅਨੁਸਾਰ ਹੈਗਾ। ਕਹਿਣ ਲੱਗੇ ਤੁਹਾਡੇ ਅਨੁਸਾਰ ਹੈਗਾ, ਜਿਵੇਂ ਤੁਸੀਂ ਆਖੋ ਕਿ ਉਵੇਂ ਹੀ ਕੰਮ ਕਰੇਗਾ ਉਹ। ਹਾਂਜੀ, ਜਿਮ ਰਨ ਹੋਏ ਨਾ ਤਿਮ ਤਿੰਨ ਭਾਖੀ, ਉਹ ਤੇ ਉਹਨਾਂ ਗੱਲ ਤਾਂ ਆਖੀ ਸੀ ਵੀ ਤੁਹਾਡਾ ਗੁਰੂ ਜੀ ਨਾਲ ਝਗੜਾ ਨਾ ਹੋਵੇ। ਹਾਂਜੀ, ਨਿਸ਼ਚੇ ਲੜਨ ਜੇ ਤੁਮ ਬਿਲਾਖੀ, ਪਰ ਜੇ ਤੁਸੀਂ ਗੁਰੂ ਸਾਹਿਬ ਨਾਲ ਜੰਗ ਕਰਨੀ ਆ ਤਾਂ ਸਭ ਆਗੇ ਗੁਰ ਕੇ ਸੰਗ। ਤੇ ਫਿਰ ਬੇਨਤੀ ਹੈ ਵੀ ਜਿਹੜਾ ਫਤਿਹ ਸ਼ਾਹ ਸਾਡਾ ਰਾਜਾ ਉਹ ਤੁਹਾਡੇ ਤੋਂ ਪਹਿਲਾਂ ਜਾ ਕੇ ਗੁਰੂ ਨਾਲ ਜੰਗ ਕਰੇਗਾ। ਕਹਿਣ ਲੱਗੇ ਪਰ ਉਹਦੀ ਬੇਨਤੀ ਹੈ ਡੋਲਾ ਲੈ ਕੇ ਜਾਓ। ਹਾਂਜੀ, ਸ਼੍ਰੀ ਨਗਰੇਸ਼ਵਰ ਘੱਲ ਹੈ ਜੰਗ, ਤੇ ਸ਼੍ਰੀ ਨਗਰ ਦਾ ਰਾਜਾ ਭਾਵ ਜਿਹੜਾ ਸਾਡਾ ਰਾਜਾ ਉਹ ਜੰਗ ਕਰਨ ਲਈ ਗੁਰੂ ਸਾਹਿਬ ਨਾਲ ਤਿਆਰ ਹੈ। ਹਾਂਜੀ, ਲੈ ਹੈ ਛੀਨ ਪਾਮਟਾ ਥਾਨ। ਤੇ ਫਿਰ ਹੁਣ ਇਹ ਬੰਦੇ ਆਪਣੇ ਵੱਲੋਂ ਦੱਸਣ ਦੇ ਵੀ ਆਪਾਂ ਰਲ ਕੇ ਪਾਉਂਟਾ ਸਾਹਿਬ ਵਾਲੀ ਥਾਂ ਗੁਰੂ ਸਾਹਿਬ ਕੋਲੋਂ ਖੋਹ ਲੈਣੀ ਹੈ, ਪਰ ਇਹ ਆਪ ਹੀ ਨਹੀਂ ਵਿਚਾਰੇ ਉੱਥੇ ਕੋਈ ਲੱਭਦਾ, ਮਹਾਰਾਜ ਤੇ ਅੱਜ ਵੀ ਉੱਥੇ ਹੀ ਨੇ ਜੀ। ਹਾਂਜੀ, ਡੇਰਾ ਲੁੱਟ ਹੈ ਵਸਤ ਮਹਾਨ, ਸਭ ਡੇਰਾ ਲੁੱਟ ਲਵਾਂਗੇ, ਰਾਜਾ ਤੁਹਾਡੀ ਸਹਾਇਤਾ ਕਰੇਗਾ ਸਾਡਾ ਰਾਜਾ। ਹਾਂਜੀ, ਫਿਰ ਹੋ ਆਪ ਮਸਲਤ ਮਨ ਠਾਨੋ, ਬਸ ਤੁਸੀਂ ਇੱਥੇ ਰਹੋ ਤੇ ਡੋਲਾ ਲੈ ਕੇ ਜਾਇਓ। ਹਾਂਜੀ, ਸਾਖ ਵਿਸਾਲ ਆਪਣੋ ਜਾਣੋ, ਆਪਣਾ ਵੱਡਾ ਰਿਸ਼ਤੇਦਾਰ ਸਮਝੋ ਤੁਸੀਂ ਰਾਜੇ ਫਤਿਹ ਸ਼ਾਹ ਨੂੰ, ਆਪਣਾ ਸ਼ਤਰੂ ਨਾ ਸਮਝੋ, ਆਪਣਾ ਵੱਡਾ ਰਿਸ਼ਤੇਦਾਰ ਸਮਝੋ। ਹਾਂਜੀ, ਐਸੀ ਬਾਤ ਨਾ ਉਚਿਤ ਤੁਹਾਰੇ, ਤੁਹਾਡੇ ਉਚਿਤ ਥੋੜੀ ਇਹ ਗੱਲ ਹੈਗੀ ਆ। ਹਾਂਜੀ, ਹੱਸ ਹੈ ਲੋਕ ਅਪਵਾਦ ਉਚਾਰੇ, ਲੋਕ ਹੱਸਣਗੇ, ਲੋਕ ਨਿੰਦਿਆ ਕਰਨਗੇ। ਹਾਂਜੀ, ਭੀਮ ਚੰਦ ਸੁਣ ਤਬਹਿ ਉਚਾਰੀ, ਭੀਮ ਚੰਦ ਨੇ ਇਹ ਗੱਲ ਸੁਣ ਕੇ ਅੱਗੋਂ ਇਹ ਆਖ ਦਿੱਤਾ, ਗੁਰ ਸਨ ਲਰਹੇ ਜੇ ਹੋ ਅਗਾਰੀ। ਤੇ ਫਿਰ ਦੱਸ ਦਿਓ ਜੇ ਅੱਗੇ ਹੋ ਕੇ ਗੁਰੂ ਜੀ ਦੇ ਨਾਲ ਲੜੇਗਾ ਨਾ ਜੇ ਫਤਿਹ ਸ਼ਾਹ। ਹਾਂਜੀ, ਤਬ ਪ੍ਰਤੀਤ ਹਮਰੇ ਉਰੇ ਆਵੇ, ਫਿਰ ਹੀ ਮੇਰੇ ਹਿਰਦੇ ਵਿੱਚ ਭਰੋਸਾ ਆਏਗਾ। ਕਹਿਣ ਲੱਗੇ ਫਿਰ ਹੀ ਭਰੋਸਾ ਆਏਗਾ। ਹਾਂਜੀ, ਮਿਲਬੇ ਕਹੋ ਸਨੇਹ ਉਪਜਾਵੇ, ਫਿਰ ਤੇ ਮਿਲਣ ਦੀ ਵਿਚਾਰ ਹੋ ਸਕਦੀ ਹੈ। ਹਾਂਜੀ, ਇਮ ਕਹਿ ਪਠੇ ਸਕਲ ਪ੍ਰਧਾਨ, ਹਾਂਜੀ ਆਵੇ ਫਤਿਹ ਸ਼ਾਹ ਜਿਸ ਥਾਨ। ਇਹ ਕਹਿ ਕੇ ਸਾਧ ਸੰਗਤ ਉਹਦੇ ਬੰਦੇ ਛੇਤੀ ਨਾਲ ਫਤਿਹ ਸ਼ਾਹ ਦੇ ਕੋਲ ਆਏ ਤੇ ਆ ਕੇ ਦੱਸ ਦਿੱਤਾ, ਉਹ ਮੁਰਝਾਇਆ ਹੋਇਆ ਬੈਠਾ ਸੀਗਾ, ਉਹਨੂੰ ਦੱਸ ਦਿੱਤਾ ਵੀ ਕੋਈ ਨੀ, ਭੀਮ ਚੰਦ ਦਾ ਤੇ ਤੇਰਾ ਪਿਆਰ ਬਣਿਆ ਰਹੇਗਾ ਜੀ। ਪਰ ਭੀਮ ਚੰਦ ਦਾ ਫਤਿਹ ਸ਼ਾਹ ਦਾ, ਫਤਿਹ ਸ਼ਾਹ ਦਾ ਭੀਮ ਚੰਦ ਨਾਲ ਤੇ ਪਿਆਰ ਪੈਦਾ ਹੋ ਗਿਆ ਜੀ, ਤੇ ਉਹਨਾਂ ਦਾ ਮਨਮੁੱਖਾਂ ਵਾਲਾ ਪਿਆਰ ਤੇ ਰਹਿ ਜਾਏਗਾ, ਪਰ ਫਤਿਹ ਸ਼ਾਹ ਦਾ ਗੁਰੂ ਵਾਲੇ ਪਾਸੋਂ ਪਿਆਰ ਟੁੱਟ ਗਿਆ ਜੀ। ਇਹ ਨਹੀਂ ਟੁੱਟਣਾ ਚਾਹੀਦਾ ਜੀ, ਇਹ ਨਹੀਂ ਟੁੱਟਣਾ ਚਾਹੀਦਾ। ਫਤਿਹ ਉਹ ਭੀਮ ਚੰਦ ਵਾਲਾ ਭਾਵੇਂ ਟੁੱਟ ਜਾਂਦਾ, ਉਹ ਨਹੀਂ ਵੱਡੀ ਗੱਲ, ਰਿਸ਼ਤਿਆਂ ਦੀ ਕਿਹੜੀ ਗੱਲ, ਮਹਾਰਾਜ ਨੇ ਪਤਾ ਨਹੀਂ ਕਿੰਨਾ ਕੁ ਕਰਾ ਦੇਣਾ ਸੀ ਵੱਡੀ ਥਾਂ ਤੇ ਜੀ। ਹੋ ਸਕਦਾ ਭੀਮ ਚੰਦ ਦੇ ਘਰ ਜਾ ਕੇ ਜਿੰਨੀ ਇਹਦੀ ਧੀ ਨੇ ਸੁਖੀ ਰਹਿਣਾ, ਉਹ ਤੋਂ ਵੱਧ ਸੁਖੀ ਰਹਿੰਦੀ ਜੀ ਧੀ ਜੀ। ਹਾਂਜੀ, ਉਹ ਦੁਨਿਆਵੀ ਬੰਦੇ ਨਾਲ ਤੇ ਪਿਆਰ ਨਿਭ ਗਿਆ, ਪਰ ਗੁਰੂ ਸਾਹਿਬ ਨਾਲ ਪਿਆਰ ਨਹੀਂ ਨਿਭਿਆ ਜੀ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਹੀ ਕਰਨ, ਇਹ ਗੱਲ ਕਿਸੇ ਦੇ ਜੀਵਨ ਚ ਨਾ ਬਣੇ ਜੀ। ਹਾਂਜੀ, ਨਾਮ ਜਪੋ, ਗੁਰੂ ਸਾਹਿਬ ਨਾਲ ਵੀ ਪਿਆਰ ਬਣਿਆ ਰਹਿੰਦਾ, ਲੋਕ ਵੀ ਬੰਦੇ ਦਾ ਸਤਿਕਾਰ ਕਰਦੇ ਰਹਿੰਦੇ ਜੀ। ਪਰ ਇਹ ਤਾਂ ਵੀ ਜੇ ਬੰਦੇ ਦੇ ਪਿੱਛੇ ਵਾਹਿਗੁਰੂ ਜੀ ਦਾ ਨਾਮ ਹੋਵੇ, ਗੁਰਮੁਖਾਂ ਦੀ ਸੰਗਤ ਹੋਵੇ ਤੇ ਸਤਿਗੁਰੂ ਜੀ ਦਾ ਮਿਹਰਾਂ ਭਰਿਆ ਹੱਥ ਹੋਵੇ ਸਿਰ ਤੇ ਜੀ। ਹੁਣ ਉਹ ਫਸ ਗਿਆ ਕਸੂਤਾ ਜੀ, ਐਸਾ ਬੁਰਾ ਕਸੂਤਾ ਫਸਿਆ, ਇੱਕ ਬੰਨੇ ਗੁਰੂ ਸਾਹਿਬ ਦਾ ਰਸਤਾ ਸੀਗਾ, ਇੱਕ ਬੰਨੇ ਦੁਨੀਆਂ ਦਾ ਰਸਤਾ ਸੀਗਾ ਜੀ, ਤੇ ਉਹਨੂੰ ਦੁਨੀਆਂ ਦਾ ਰਸਤਾ ਤਿਆਗਣਾ ਪਿਆ, ਵਾਹਿਗੁਰੂ ਗੁਰੂ ਜੀ ਦਾ ਰਸਤਾ ਤਿਆਗਣਾ ਪਿਆ ਤੇ ਦੁਨੀਆਂ ਦਾ ਰਸਤਾ ਸਤਸੰਗਤ ਜੀ ਉਹਨੂੰ ਅਪਣਾਉਣਾ ਪਿਆ ਜੀ।
ਇਹਨੂੰ ਕਹਿੰਦੇ ਲੋਕ ਲੱਜਾ। ਗੁਰੂ ਅਰਜਨ ਸਾਹਿਬ ਨੇ ਬਾਣੀ 'ਚ ਇੱਕ ਸ਼ਬਦ ਉਚਾਰਿਆ, ਅਬ ਹਮ ਚੱਲੇ ਠਾਕੁਰ ਪਹਿਹਾਰ, ਜਬ ਹਮ ਸਰਣ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਲੋਗਨ ਕੀ ਚਤੁਰਾਈ, ਉਪਮਾ ਤੇ ਬੈਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਫਿਰ ਤੇ ਕੋਈ ਸਾਧ ਸੰਗਤ ਚੰਗਾ ਕਵੇ ਜਾਂ ਬੁਰਾ ਕਹੇ, ਜਿੱਥੇ ਗੁਰੂ ਸਾਹਿਬ ਅੱਗੇ ਆਤਮ ਸਮਰਪਣ ਕਰਤਾ ਉੱਥੇ ਕਰ ਦਿੱਤਾ ਜੀ। ਪਰ ਹੈ ਬੜਾ ਔਖਾ ਜਿਹਾ ਕੰਮ ਜੀ। ਇੱਕ ਨਾ ਜੀ ਗੁਰਮੁਖ ਪਰਿਵਾਰ ਪਾਟੀਆ ਸਾਹਿਬ ਸਨ ਜੀ, ਇੱਥੇ ਅੰਮ੍ਰਿਤਸਰ ਦੇ, ਉਹਨਾਂ ਦਾ ਪੁੱਤਰ ਗਲਤ ਸੰਗਤ ਵਿੱਚ ਪੈ ਗਿਆ ਤੇ ਪਾਟੀਆ ਸਾਹਿਬ ਨੇ ਉਹਨੂੰ ਬਾਣੀ ਵੀ ਸਿਖਾਈ, ਸੋਹਣੀ ਦਸਤਾਰ ਵੀ ਸਜਾਉਂਦਾ ਸੀ ਪੁੱਤ ਉਹਨਾਂ ਦਾ, ਪਰ ਗਲਤ ਸੰਗਤ ਵਿੱਚ ਪੈਣ ਕਰਕੇ ਉਹ ਆਪਣੇ ਸਿਰ ਤੋਂ ਗੁਰੂ ਸਾਹਿਬ ਦੇ ਬਖਸ਼ੇ ਹੋਏ ਕੇਸ ਕਟਾਉਣ ਨੂੰ ਤਿਆਰ ਹੋ ਗਿਆ ਜੀ। ਤੇ ਉਹ ਕਹਿਣ ਪਹਿਲਾਂ ਬੱਚਾ ਪੁੱਛਦਾ, ਚਲੋ ਜਿਹੜਾ ਬਹੁਤਾ ਵਿਗੜਿਆ ਹੋਵੇ ਉਹ ਪੁੱਛਦਾ ਨਹੀਂ ਤੇ ਦੱਸ ਦਿੰਦਾ ਵੀ ਮੈਂ ਘਟਾ ਦੇਣੇ ਜੇ। ਤੇ ਪਾਟੀਆ ਜੀ ਨੇ ਉਹਨਾਂ ਨੇ ਮਨਾ ਕਰੀ ਜਾਣਾ ਵੀ ਨਾ ਭਾਈ ਇਹ ਕੰਮ ਨਾ ਕਰੀ, ਐਸਾ ਕੰਮ ਨਾ ਕਰੀ। ਉਹ ਕਹਿੰਦਾ ਨਾ, ਜੇ ਤੁਸੀਂ ਮੈਨੂੰ ਰੋਕਿਆ ਤੇ ਮੈਂ ਗੱਡੀ ਥੱਲੇ ਸਿਰ ਦੇ ਕੇ ਮਰ ਜਾਵਾਂਗਾ। ਹੁਣ ਬੰਦਾ ਇੱਥੇ ਸੋਚਦਾ ਵੀ ਮੈਂ ਆਗਿਆ ਦਿਆਂ ਕਿ ਨਾ ਦਿਆਂ ਜੀ। ਤੇ ਭਾਟੀਆ ਜੀ ਹੋਣਾ ਵਿਚਾਰ ਕੀਤੀ ਜੀ ਤੇ ਮਹਾਰਾਜ ਦੀ ਬਾਣੀ ਦਾ ਪਾਠ ਕਰਕੇ ਅਰਦਾਸ ਕੀਤੀ ਮਹਾਰਾਜ ਮੈਨੂੰ ਬਲ ਦਿਓ, ਇੱਕ ਬੰਨੇ ਪੁੱਤਰ ਮੋਹ, ਇੱਕ ਬੰਨੇ ਤੁਹਾਡੀ ਸਿੱਖੀ ਹੈ। ਤੇ ਇਹ ਨਹੀਂ ਉਹਨਾਂ ਆਗਿਆ ਨਹੀਂ ਦੇਤੀ ਵੀ ਪੁੱਤ ਕਟਾ ਲਈ, ਕਹਿਣ ਲੱਗੇ ਅੱਛਾ ਕਟਾਉਣ ਨਹੀਂ ਦੇਣੇ ਤੈਨੂੰ ਕੇਸ, ਜੇ ਤੂੰ ਗੱਡੀ ਥੱਲੇ ਸਿਰ ਦੇਣਾ ਨਾ ਤੇ ਤਰੀਕ ਲਿਖ ਕੇ ਜਾਈ ਤੇ ਟਾਈਮ ਲਿਖ ਕੇ ਜਾਈ, ਐ ਸਹੀ ਟਾਈਮ ਤੇ ਤੇਰੇ ਅਖੰਡ ਪਾਠ ਦਾ ਭੋਗ ਪਵਾਊ। ਕਹਿਣ ਲੱਗੇ ਬਿਲਕੁਲ ਸਹੀ ਟਾਈਮ ਤੇ ਅਖੰਡ ਪਾਠ ਸਾਹਿਬ ਦਾ ਭੋਗ ਪਵਾਵਾਂਗੇ ਤੇ ਤੂੰ ਸਾਰਾ ਕੁਝ ਲਿਖ ਕੇ ਦੇ ਦੇ ਜੀ। ਬੜਾ ਔਖਾ ਕੰਮ ਹੈਗਾ ਜੀ। ਹਾਂਜੀ, ਬਹੁਤ ਵਾਰ ਬੰਦੇ ਨੂੰ ਝੁਕਣਾ ਪੈ ਜਾਂਦਾ ਜੀ। ਆ ਫਤਿਹ ਸ਼ਾਹ ਵੀ ਝੁਕ ਹੀ ਗਿਆ ਜੀ, ਝੁਕ ਗਿਆ, ਪਰ ਗੁਰੂ ਮਿਹਰ ਕਰੇ ਫਿਰ ਗੁਰੂ ਜੀ ਦੇ ਚਰਨਾਂ 'ਚ ਹੀ ਝੁਕਿਆ ਰਵੇ ਜੀ। ਫਿਰ ਤੇ ਹੈ ਲਾਭ ਹੀ ਲਾਭ। ਫਿਰ ਬੇਨਤੀ ਹੈ, ਕੁਝ ਸਮੇਂ ਵਾਸਤੇ ਐਸਾ ਮਹਿਸੂਸ ਹੁੰਦਾ ਹੈ ਵੀ ਸ਼ਾਇਦ ਸਾਡਾ ਬੜਾ ਵੱਡਾ ਨੁਕਸਾਨ ਹੋ ਜਾਏਗਾ, ਗੁਰੂ ਸਾਹਿਬ ਦੇ ਰਸਤੇ ਤੇ ਤੁਰਿਆ ਸਾਡਾ ਬੜਾ ਵੱਡਾ ਨੁਕਸਾਨ ਹੋ ਜਾਏਗਾ। ਤੇ ਭਾਈ ਮੰਝ ਜੀ ਦਾ ਜੀਵਨ ਮੈਂ ਆਪ ਜੀ ਨੂੰ ਬੜੀ ਵਾਰੀ ਬੇਨਤੀ ਕੀਤੀ ਜੀ। ਭਾਈ ਮੰਝ ਜੀ ਗੁਰੂ ਅਰਜਨ ਸਾਹਿਬ ਕੋਲ ਆਏ, ਚੌਧਰੀ ਸੀਗੇ ਜੀ ਤੇ ਬਾਅਦ ਚੋਂ ਕੁਝ ਵੀ ਨਹੀਂ ਰਹੇ ਜੀ। ਉਹ ਇੱਥੇ ਗੁਜ਼ਾਰਾ ਆ ਗਿਆ ਵੀ ਮੰਗ ਕੇ ਵੀ ਛਕਣੀ ਪੈਂਦੀ ਹੁੰਦੀ ਸੀਗੀ ਜੀ, ਪਰ ਉਹਨਾਂ ਗੁਰੂ ਦਾ ਦਰ ਨਹੀਂ ਛੱਡਿਆ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇੰਨੀ ਵੱਡੀ ਮਹਾਨਤਾ ਦੇ ਦਿੱਤੀ, ਮੰਝ ਤੂੰ ਮੁਸ਼ਕਲਾਂ ਨੂੰ ਸਹੇੜ ਕੇ ਗੁਰੂ ਕੀ ਸਿੱਖੀ ਨੂੰ ਰੱਖਿਆ ਸਾਂਭ ਕੇ, ਅੱਜ ਤੋਂ ਬਾਅਦ ਜਿਹੜਾ ਤੇਰਾ ਨਾਮ ਹੀ ਲਏਗਾ ਉਹ ਵੀ ਤਰ ਜਾਏਗਾ। ਕਹਿਣ ਲੱਗੇ ਕਿੱਡੀ ਵੱਡੀ ਬਖਸ਼ਿਸ਼ ਸੱਚੇ ਪਾਤਸ਼ਾਹ ਜੀ ਨੇ ਕਰ ਦਿੱਤੀ ਜੀ। ਇਸ ਕਰਕੇ ਸੰਗਤ ਜੀ, ਮਹਾਰਾਜ ਸਾਹਿਬ ਦੇ ਅੱਗੇ ਅਰਦਾਸ ਕਰਿਆ ਕਰੋ, ਅਬਲ ਤੇ ਮਹਾਰਾਜ ਕਸਵੱਟੀ ਪਾਉਣ ਨਾ ਜੀ ਕੋਈ ਜੀ, ਕਿਉਂ ਸਾਨੂੰ ਪਤਾ ਸਾਡੇ ਕੋਲੋਂ ਪਾਸ ਨਹੀਂ ਹੋਇਆ ਜਾਣਾ, ਤੇ ਜੇ ਕਸਵੱਟੀ ਪੈ ਵੀ ਜਾਵੇ ਤੇ ਮਹਾਰਾਜ ਸਾਡੇ ਸਿਰ ਤੇ ਹੱਥ ਰੱਖ ਕੇ ਉਹ ਕੰਮ ਕਰਾ ਲਿਓ। ਸਹੀ ਸਹੀ ਜੀ ਕਰਾ ਲਿਓ। ਸਿੱਖੀ ਪਾਲਣੀ ਸਾਧ ਸੰਗਤ ਜੀ ਸੌਖੀ ਨਹੀਂ ਹੈ ਕਿ ਬੜੀ ਔਖੀ ਹੈ, ਤੇ ਉਹਨਾਂ ਕੋਲੋਂ ਹੀ ਪਲਦੀ ਹੈ ਜਿਨ੍ਹਾਂ ਕੋਲ ਮਹਾਰਾਜ ਜਿਨ੍ਹਾਂ ਨੂੰ ਬਲ ਦੇ ਦੇਣ ਜੀ। ਨਹੀਂ ਤੇ ਤਕਰੀਬਨ ਬਹੁਤ ਸਾਰੇ ਚੰਗੇ ਚੰਗੇ ਬੰਦੇ ਡੋਲ ਜਾਂਦੇ ਜੀ, ਚੰਗੇ ਚੰਗੇ ਡੋਲ ਜਾਂਦੇ ਨੇ। ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ, ਦਇਆ ਕਰਨ। ਅੱਗੋਂ ਜੋ ਇਤਿਹਾਸ ਹੋਏਗਾ ਉਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਫਤਿਹ ਸ਼ਾਹ ਜਿਹੜਾ ਉਹ ਤੇ ਗੁਰੂ ਸਾਹਿਬ ਨਾਲ ਜੰਗ ਕਰਨ ਲਈ ਤਿਆਰ ਹੋ ਗਿਆ। ਵੇਖ ਲਓ ਕਿੰਨਾ ਵਿਵਸ਼ ਹੋਇਆ ਹੋਏਗਾ ਜੀ ਉਹ ਜਿਹੜਾ ਗੁਰੂ ਸਾਹਿਬ ਨਾਲ ਪਿਆਰ ਕਰਦਾ ਜੀ। ਹਾਂਜੀ, ਇਕੱਲਾ ਪਿਆਰ ਨਹੀਂ ਕਰਦਾ, ਮਹਾਰਾਜ ਦੀ ਆਗਿਆ ਵਿੱਚ ਵੀ ਹੈਗਾ ਸੀਗਾ ਜੀ ਬੜਾ ਜੀ। ਮੈਂ ਇਹ ਸਾਖੀ ਪੜ੍ਹ ਰਿਹਾ ਹਾਂ ਤੇ ਭਾਈ ਸਾਹਿਬ ਮੈਨੂੰ ਅਰਥ ਸੁਣਾ ਰਹੇ ਸਨ, ਤੇ ਮੈਂ ਬਸ ਪੜ੍ਹਦਿਆਂ ਅਰਦਾਸ ਕੀਤੀ, ਮੈਂ ਕਿਹਾ
ਵੇਖੋ ਕਿਹੋ ਜਿਹਾ ਸੀਗਾ ਜੀ, ਉਹੋ ਹੀ ਫਤਿਹ ਸ਼ਾਹ ਸਤਿਗੁਰੂ ਜੀ ਦੀ ਆਗਿਆ ਵਿੱਚ ਸੀ, ਪਰ ਇੱਕ ਦੁਨਿਆਵੀ ਰਿਸ਼ਤੇ ਦੇ ਕਰਕੇ ਉਹੋ ਹੀ ਫਤਿਹ ਸ਼ਾਹ ਹੁਣ ਗੁਰੂ ਸਾਹਿਬ ਨਾਲ ਜੰਗ ਕਰੇਗਾ ਜਾ ਕੇ ਜੀ, ਉਹੋ ਹੀ ਫਤਿਹ ਸ਼ਾਹ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ, ਫਤਿਹ ਸ਼ਾਹ ਵੀ ਉਹੋ ਹੀ ਹੈ ਅਤੇ ਗੁਰੂ ਸਾਹਿਬ ਵੀ ਉਹੋ ਹੀ ਹੈ, ਵਿੱਚ ਜਿਹੜੀ ਕੰਡੀਸ਼ਨ ਪੈ ਗਈ ਉਹਨੇ ਫਰਕ ਪਾ ਦਿੱਤੇ ਜੀ। ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ। ਅਗਲਾ ਪ੍ਰਸੰਗ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਸਾਰੀ ਸੰਗਤ ਪ੍ਰੇਮ ਨਾਲ ਕਹੋ, ਵਾਹਿਗੁਰੂ ਜਪ ਜਪ, ਵਾਹਿਗੁਰੂ ਜਪ, ਵਾਹਿਗੁਰੂ ਜਪ, ਵਾਹਿਗੁਰੂ ਜਪ, ਜਪ ਵਾਹਿਗੁਰੂ, ਜਪ ਵਾਹਿਗੁਰੂ, ਜਪ ਵਾਹਿਗੁਰੂ, ਜਪ ਵਾਹਿਗੁਰੂ, ਜਪ ਵਾਹਿਗੁਰੂ, ਜਪ ਵਾਹਿਗੁਰੂ, ਜਪ।